ਤੁਸੀਂ ਆਪਣੇ ਰਸੋਈਏ ਦੇ ਨਾਂ ਦੇ ਉੱਤੇ ਖੱਡਾਂ ਲੈ ਕੇ ਤੇ ਰੇਤ ਬਹੁਤ ਖਾਧੀ ਪੈਸਾ ਬਹੁਤ ਕਮਾਇਆ ਤੁਹਾਡਾ ਵਿਰੋਧ ਆਪਣੀ ਪਾਰਟੀ ਵੱਲੋਂ ਵੱਧ ਹੁੰਦਾ ਪਰ ਕਈ ਕਾਂਗਰਸੀ ਇਹ ਵੀ ਗੱਲ ਕਹਿੰਦੇ ਕਿ ਤੁਸੀਂ ਆਪਣਾ ਸਾਬਕਾ ਪੀਪਲੱਸ ਦੇ ਵਿੱਚ ਭੇਜਤਾ ਵੀ ਕਰ ਕੁਛ ਕਾਂਗਰਸ ਸਾਡੇ ਖੂਨ ਚ ਹੈ ਕਾਂਗਰਸ ਨਾਲ ਗੱਦਾਰੀ ਨਹੀਂ ਹੋ ਸਕਦੀ ਆਜ਼ਾਦ ਲੜਦੇ ਹੋਏ ਵੀ ਰਾਣਾ ਇੰਦਰਪ੍ਰਤਾਪ ਜਿੱਤੂਗਾ ਪਰ ਉਹ ਕਾਂਗਰਸ ਦੀ ਚੋੜੀ ਸੀਟ ਜਾਊਗੀ ਉਹਨਾਂ ਨੇ ਦਿੱਤੀ ਇਹ ਤੁਹਾਡੇ ਪੁੱਤ ਨੂੰ ਟਿਕਟ ਤੁਸੀਂ ਉਹਨਾਂ ਨੂੰ ਆਜ਼ਾਦ ਖੜਾ ਕੀਤਾ ਅੜੀ ਭੰਨਣ ਦੇ ਲਈ ਬੀਜੇਪੀ ਨਾਲ ਜਾਰੀ ਪਾਈ ਉਹਨਾਂ ਦੀ ਤਾਜ਼ੀ-ਤਾਜ਼ੀ ਇੱਥੇ ਵੀ ਉਮੀਦਵਾਰ ਖੜੇ ਹੋਣਗੇ ਪੂਰੇ ਪੰਜਾਬ 'ਚ ਖੜੇ ਕਰਨੇ ਆ ਮੰਨਦੇ ਆ ਵੀ ਕੁਝ ਕੱਢ ਸਕਦੇ ਕ ਨਹੀਂ ਕੈਪਟਨ ਅਮਰਿੰਦਰ ਸਿੰਘ ਨਾਲ ਮੈਂ ਬਹੁਤ ਮੁਹੱਬਤ ਕੀਤੀ ਲਵ ਸੀ ਲਵ ਲੇਕਿਨ ਲਵ ਵਨ ਸਾਈਡਿਡ ਸੀ ਬਾਅਦ ਵਿੱਚ ਮੈਨੂੰ ਪਤਾ ਲੱਗਾ ਇਹ ਤਾਂ ਕਿਸੇ ਨੇ ਕਰਦਾ ਹੀ ਨਹੀਂ ਮੈਂ ਕਰਦਾ ਰਿਹਾ ਤੁਸੀਂ ਵੀ ਅੱਗੋ ਚੜਾਉਤੀ ਦਿੱਤੀ ਸੀ ਵੀ ਜੇ ਕਟਾ ਸਕਦਾ ਤਾਂ ਘਟਾ ਲਾ ਮੈਂ ਇਹਨਾਂ ਚਾਰਾਂ ਨੂੰ ਕਹਿ ਰਿਹਾ ਕਿ ਭਾਈ ਜੋਰ ਲਾਓ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਚ ਕਢਾਓ ਇਹ ਬੱਚੇ ਆ ਬੱਚੇ ਉਮਰ ਇਹਨਾਂ ਦੀ ਜਿੱਡੀ ਮਰਜ਼ੀ ਹੋਵੇ ਸੋਚ ਇਹਨਾਂ ਦੀ ਛੋਟੀ ਹੈ 20 ਸਾਲ ਮੁੰਡਾ ਇਹਨਾਂ ਲੋਕਾਂ ਨੇ ਮਰਵਾਏ ਦੇ ਪਿਤਾ ਜੀ ਨੇ ਸ਼ੁਰੂਆਤ ਕਰਕੇ ਤੇ ਅੱਜ ਯਾਰ ਉਹ ਇਹ ਦੇਸ਼ ਭਗਤ ਬਣਦੇ ਆ ਕੁਝ ਕੁ ਵਾਰ ਇਹ ਪਹਿਲਾਂ ਤੁਹਾਡੀ 슈ਗਰ ਮਿਲ ਦਾ ਗੰਦਾ ਪਾਣੀ ਜ਼ਹਿਰੀਲਾ ਪਾਣੀ ਸਤਲੋਈ ਦਰਿਆ ਚ ਆਇਆ ਲੱਖਾਂ ਦੀ ਗਿਣਤੀ ਦੇ ਵਿੱਚ ਮੱਛੀਆਂ ਮਰੀਆਂ ਉਦੋਂ بڑا ਵਿਵਾਦ ਪੈਦਾ ਹੋਇਆ ਜੀ ਐਨਜੀਟੀ ਤਾਂ ਜਦੋਂ ਮਿਲ ਬੰਦ ਕਰਦੀ ਆ ਫੇਰ ਉਹ ਇਹ ਨਹੀਂ ਦੇਖਦੀ ਕਿ ਇਹ ਚ 2000 ਕਰੋੜ ਲੱਗਾ ਜਾਂ 500 ਕਰੋੜ ਲੱਗਾ ਤਾਂ ਲੇ ਲੱਗ ਜਾਂਦੇ ਕਾਰੋਬਾਰ ਠੱਪ ਹੋ ਜਾਂਦੇ ਆ ਮੇਰਾ ਕਾਰੋਬਾਰ ਠੱਪ ਉਹ ਕਹਿੰਦੇ ਆ ਆ ਦੇਖੋ ਜੀ ਇਹਦੇ ਕੋਲੇ ਨਾ ਐਮਐਲਏ ਦਾ ਅਹੁਦਾ ਨਾ ਹਣੀ ਦੇ ਕੋਲੇ ਐਮਪੀ ਨਾ ਕੋਈ ਚੇਅਰਮੈਨ ਤੇ ਗਨਮੈਨ ਤੇ ਤੂਤਰੂ ਵਾਲੀਆਂ ਗੱਡੀਆਂ ਫਿਰਦੇ ਨੇ ਰਾਣਾ ਦੋਸ਼ੀ ਮੇਰੇ ਬੰਦਿਆਂ ਨੇ ਇੱਕ ਚਮਚਾ ਇੱਕ ਟਰਾਲੀ ਇੱਕ ਟਰੱਕ ਰੇਤੇ ਦਾ ਕੱਢਿਆ ਨਹੀਂ ਉਹ ਚੋਰ ਜਿਹੜੇ ਸਾਰੇ ਸਾਰਾ ਪੰਜਾਬ ਦਾ ਰੇਤਾ ਖਾ ਗਏ ਉਹ ਸਾਧ ਅਸੀਂ ਕੋਈ ਇੱਕ ਮੰਗ ਕੇ ਤਾਂ ਰੋਜ ਜਾਂ ਕਿਸੇ ਦੀ ਜੇਬ ਕੱਟ ਕੇ ਤਾਂ ਪੈਸੇ ਨਹੀਂ ਖਾਂਦੇ ਲੱਗਦਾ ਕਾਂਗਰਸ ਇਹਦਾ ਜੱਤ ਜੂ ਕੱਲ ਨੂੰ ਕਿਸੇ ਦਾ ਮੁੰਡਾ ਹੀ ਕੋਈ ਗਲਤ ਗੱਲ ਕਰ ਦਿੰਦਾ ਬਾਪ ਦਾ ਕੀ ਕਸੂਰ ਹੈ ਹੁਣ ਕਈ ਮੁੰਡੇ ਡਰਗ ਵੇਚਦੇ ਆ ਡਰਗ ਖਾਂਦੇ ਆ ਅਸੀਂ ਉਹਨਾਂ ਦੇ ਬਾਪ ਨੂੰ ਅੰਦਰ ਕਰਦੇ ਆਂਗੇ ਤੁਹਾਨੂੰ ਭਾਜਪੀ ਨੇ ਟੈਲੀ ਟੋਲੀ ਮਾਰੀ ਕਿ ਨਹੀਂ ਵੀ ਭਾਈ ਇੱਧਰ ਆਜੋ ਦੇਣਗੇ ਨਹੀਂ ਦੇਣਗੇ ਉਹ ਸਮੇਂ ਦੱਸੂਗਾ ਬਾਹਰ ਪਾਵੇਂ ਇਹ ਗੱਲ ਕਹਿੰਦੇ ਹੁਣ ਕਿ ਰਾਣਾ ਸਾਹਿਬ ਨੂੰ ਘੇਰਾ ਪੈ ਰਿਹਾ ਚਾਰੇ ਪਾਸਿਓਂ ਰਾਣਾ ਸਾਹਿਬ ਬੇਫਿਕਰ ਰਹਿੰਦੇ ਆ ਮੇਰਾ ਕੀ ਕਰ ਲਿਆ ਇਹਨਾਂ ਨੇ ਕੀ ਕਰ ਲੈਣਗੇ ਜਾਂ ਕਾਂਗਰਸ ਕਿਸੇ ਦਾ ਕੀ ਕਰ ਸਕਦੀ ਯਾਰ ਕਹਿਣ ਨੂੰ ਜੱਟ ਲੀਡਰ ਨੇ ਜ਼ਮੀਨਾ ਪੁੱਛੋ ਠੀਕੇ ਤੇ ਚਲੋ ਭਗਵਾਨ ਤੁਹਾਨੂੰ ਮੈਂ ਪਸੰਦ ਕਰਦਾ ਕਿ ਉਹ ਚੁੱਕ ਰਹੇ ਸੋਦੇ ਮੈਨੂੰ ਬਹੁਤ ਆਨੰਦ ਆਉਂਦਾ ਸਾਠੀਰ ਕਾਲ ਜੀ ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਨ ਸਿੰਘ ਟੈਣਾ ਤੇ ਪ੍ਰੋਗਰਾਮ ਪ੍ਰਾਈਮ ਇਲੈਕਸ਼ਨ ਲੈ ਕੇ ਹਾਜ਼ਰ ਹਾਂ ਅੱਜ ਜਿਹਨਾਂ ਨਾਲ ਅਸੀਂ ਗੱਲਬਾਤ ਕਰਨੀ ਹੈ ਉਹ ਪਿਛਲੇ ਕੁਝ ਦਿਨਾਂ ਤੋਂ ਖਾਸੇ ਵਿਵਾਦਾਂ ਦੇ ਵਿੱਚ ਹੈ ਕਪੂਰਥਲਾ ਤੋਂ ਐਮ ਐਲ ਏ ਆ ਤੇ ਇਸ ਵੇਲੇ ਪੰਜਾਬ ਦੇ ਕੈਬਨਿਟ ਮੰਤਰੀ ਹੈ ਯਾਨੀ ਕਿ ਅਸੀਂ ਰਾਣਾ ਗੁਰਜੀਤ ਸਿੰਘ ਦੇ ਨਾਲ ਗੱਲਬਾਤ ਕਰਨੀ ਹੈ ਪਿਛਲੇ ਦਿਨੀ ਇਹਨਾਂ ਦੇ ਬਾਬਤ ਹਾਈ ਕਮਾਂਡ ਨੂੰ ਯਾਨੀ ਕਿ 소ਨੀਆ ਗਾਂਧੀ ਨੂੰ ਚਾਰ ਪੰਜਾਬ ਦੇ ਵਿਧਾਇਕਾਂ ਦੇ ਵੱਲੋਂ ਚਿੱਠੀ ਲਿਖੀ ਜਾਂਦੀ ਹੈ ਕਿ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਵੇ ਇਹ ਬੜੇ ਖਤਰਨਾਕ ਸਾਬਤ ਹੋ ਰਹੇ ਆ ਇਹ ਪਾਰਟੀ ਦਾ ਬੜਾ ਵੱਡਾ ਨੁਕਸਾਨ ਕਰ ਰਹੇ ਆ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲ ਕੇ ਤੇ ਭਾਜਪਾ ਦੇ ਹੱਕ ਦੇ ਵਿੱਚ ਖੜੇ ਰਹੇ ਆ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੈਣੇ ਨੇ ਇਹਨਾਂ ਕੋਲੋਂ ਪਹਿਲਾਂ ਕਰਦੇ ਹਾਂ ਸਵਾਗਤ ਰਾਣਾ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਟਾਣਾ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਚੜ੍ਹਦੇ ਕਲਾ ਦੇ ਵਿੱਚੋਂ ਬਹੁਤ ਕਿਰਪਾ ਮਾਰਕ ਦੀ ਰਾਣਾ ਸਾਹਿਬ ਕਾਂਗਰਸੀ ਹੀ ਦੋਸ਼ਾਂ ਦੀ ਵਾਛੜ ਕਰੀ ਜਾਂਦੇ ਆ ਚਾਰ-ਚਾਰ ਵਿਧਾਇਕ ਇਹ ਗੱਲ ਕਹਿੰਦੇ ਨੇ ਤੁਹਾਡੇ ਬਾਰੇ ਸੁਖਪਾਲ ਸਿੰਘ ਖਹਿਰਾ ਨਵਤੇਜ ਸਿੰਘ ਟੀਮਾ ਬਲਵਿੰਦਰ ਸਿੰਘ ਢਾਲੀਵਾਲ ਤੇ ਬਾਬਾ ਹਨਰੀ ਉਹ ਕਹਿੰਦੇ ਜੀ ਕਿ ਇਹ ਅਸਲ ਦੇ ਵਿੱਚ ਬੀਜੇਪੀ ਦੀ ਬੋਲੀ ਬੋਲਦੇ ਆ ਉਹਨਾਂ ਦੀ ਕਹਿਣੀ ਦੇ ਵਿੱਚ ਆ ਕਾਂਗਰਸ ਦਾ ਨੁਕਸਾਨ ਕਰਦੇ ਆ ਤੇ ਰਾਣਾ ਹੋਰਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਕੀ ਆਖੋਗੇ ਦੇਖੋ ਜੀ ਮੈਂ ਜਦੋਂ ਦੁਬਾਰਾ ਵਜ਼ੀਰ ਬਣਿਆ ਤੇ ਇਹਨਾਂ 6 ਬੰਦਿਆਂ ਨੇ ਮੇਰੇ ਉਲਟ ਸੋਨੀਆ ਜੀ ਨੂੰ ਲਿਖਿਆ ਜੀ ਸੋਨੀਆ ਜੀ ਨੇ ਹੀ ਮੈਨੂੰ ਵਜ਼ੀਰ ਬਣਾਇਆ ਹੂੰ ਤੇ ਵਜ਼ੀਰ ਦਾ ਮੇਰਾ ਨਾਮ ਆਇਆ ਤੇ ਇਹਨਾਂ ਰੋਲੀ ਪਾਈ ਬਣਨ ਤੋਂ ਪਹਿਲਾਂ ਵੀ ਬਣਨ ਤੋਂ ਬਾਅਦ ਚ ਵੀ ਹੂੰ ਕੀ ਉਹ ਇਨਡਿਸਿਪਲਿਨ ਨਹੀਂ ਇਹਨਾਂ ਨੇ ਕਿੰਨੀ ਗਾਈ ਕਮਾਂਡ ਦੀ ਗੱਲ ਮੰਨੀ ਤੇ ਜਿਹੜਾ ਹੁਣ ਮੇਰੇ ਬਾਰੇ ਸੋਨੀਆ ਜੀ ਨੂੰ ਇਹਨਾਂ ਨੇ ਲਿਖਿਆ ਕਿ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਚੋਂ ਕੱਢ ਦਿੱਤਾ ਜਾਵੇ। ਹੂੰ ਮੈਂ ਇਹਨਾਂ ਚਾਰਾਂ ਨੂੰ ਕਹਿ ਰਿਹਾ ਕਿ ਭਾਈ ਜੋਰ ਲਾਓ ਹੂੰ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਚੋਂ ਕਢਾਓ। ਹੂੰ ਦਰਸਲ ਦੇ ਵਿੱਚ ਇਹ ਰੋ ਰਹੇ ਨੇ। ਕਾਰਨ ਹੈ ਕਿ ਇਹ ਚਾਰੋਂ ਆਪਣੇ ਹਲਕੇ ਤੋਂ ਹਾਰ ਰਹੇ ਆ। ਹੂੰ ਹੋਰ ਜਿਹੜੀ ਹਾਰ ਹੈ ਨਾ ਉਹ ਰਾਣੇ ਦੇ ਖਾਤੇ ਪਾਉਣੀ ਚਾਹੁੰਦੇ ਆ। ਲੋ ਰਾਣਾ ਗੁਰਜੀਤ ਸਿੰਘ ਦੋ ਐਮਪੀ ਦੀਆਂ ਇਲੈਕਸ਼ਨਾਂ ਲੜਿਆ ਇੱਕ ਮਾਝੇ ਲੋ ਇੱਕ ਦੁਆਬੇ ਚੋਂ ਹਮ ਔਰ ਬਾਕੀ ਦੇ ਦੁਆਬੇ ਚ ਵੀ ਰਾਣਾ ਗੁਰਜੀਤ ਸਿੰਘ ਕੰਮ ਦਾ ਮੈਂ ਜਿੱਥੇ ਜਾਂਨਾ ਕਾਂਗਰਸ ਨੂੰ ਮਜ਼ਬੂਤ ਕਰਦਾ ਹਮ ਮੈਂ ਮੋਗੇ ਦੀ 22 ਇਲੈਕਸ਼ਨ ਦਾ ਇੰਚਾਰਜ ਰਿਆ ਔਰ ਜਦੋਂ ਉਥੇ ਕਾਂਗਰਸ ਬੜੇ ਤਕੜੇ ਹੋ ਕੇ ਅਸੀਂ ਲੜੇ ਹਾਲਾਂਕਿ ਅਕਾਲੀ ਦਲ ਦੇ ਧੱਕੇ ਸੀਗੇ ਫਿਰ ਡਿੰਪਾ ਜੀ ਦੀ ਗੋਲੀ ਚੱਲ ਗਈ ਬੰਦਾ ਮਰ ਗਿਆ ਬਿਆਸ ਇਲੈਕਸ਼ਨ ਦੇ ਵਿੱਚ 2007 ਚ ਜਿਹੜੇ ਉਸ ਵੇਲੇ ਦੇ ਡਿੰਗਜ ਲੀਡਰ ਸੀਗੇ ਜਿਹੜੇ ਇਨਚਾਰਜ ਬਣਦੇ ਹੁੰਦੇ ਸੀ ਇਲੈਕਸ਼ਨਾਂ ਦੇ ਮਾਹਰ ਸੀ ਉਹ ਸਭ ਪਾਸੇ ਹੋ ਗਏ ਉਹਨਾਂ ਨੇ ਕਵੀ ਰਾਣੇ ਨੂੰ ਬਣਾਓ ਹੂੰ ਰਾਣਾ ਅਕਾਲੀ ਦਲ ਦਾ ਰਾਜ ਆਇਆ ਬੰਦਾ ਮਰਿਆ ਸੀ ਡਿੰਪਾ ਜੀ ਅ ਪਾਸੇ ਸੀਗੇ ਉਹ ਅੱਗੇ ਹੋ ਕੇ ਇਲੈਕਸ਼ਨ ਲੜੀ ਹੂੰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਇਲੈਕਸ਼ਨ ਲੜੀ ਸੋ ਮੇਰਾ ਪਿਆਰ ਕਰੀਬ ਕਰੀਬ ਅਧਿਕ ਪੰਜਾਬ ਚ ਹੈਗਾ ਹੂੰ ਔਰ ਜਿੱਥੇ ਜਾਣਾ ਮੈਨੂੰ ਲੋਕਾਂ ਨੂੰ ਪਿਆਰ ਨਾ ਮਿਲਦਾ ਨਿਮਰਤਾ ਨਾ ਮਿਲਦਾ ਮੈਨੂੰ ਕੋਈ ਵੀ ਬੰਦਾ ਫੋਨ ਕਰਦਾ ਮੈਂ ਤਾਂ ਫੋਨ ਵਾਪਸ ਕਰਦਾ ਹੁਣ ਇਹਨਾਂ ਨੂੰ ਤਕਲੀਫ ਤੇ ਇਹ ਆ ਕਿ ਬਈ ਹਰ ਇਹ ਰਹੇ ਨੇ ਔਰ ਰਾਣੀ ਦੇ ਬੰਦੇ ਹੈਗੇ ਇਹਨਾਂ ਦੇ ਇਲਾਕੇਾਂ 'ਚ ਇਹਦੇ 'ਚ ਕੋਈ ਦੂਰ ਆਇ ਨਹੀਂ ਆ ਔਰ ਅੱਛਾ ਤਾਂ ਇਹ ਹੁੰਦਾ ਕਿ ਇਹ ਮੇਰੇ ਨਾਲ ਬਹਿ ਕੇ ਗੱਲ ਕਰਦੇ ਜਾਂ ਹਾਈ ਕਮਾਂਡ ਦੇ ਥਰੂ ਗੱਲ ਕਰਾਉਂਦੇ ਮੇਰਾ ਫਾਇਦਾ ਚੱਕਦੇ ਯਾਰ ਮੈਨੂੰ ਕੋਸਣ ਲੱਪੇ ਹੁਣ ਮੈਂ ਇੱਕ ਇੱਕ ਬਾਰੇ ਗੱਲ ਕਰਨੀ ਚਾਹੂੰਗਾ ਜੀ ਪਹਿਲਾਂ ਗੱਲ ਕਰ ਲਈਏ ਸਰਦਾਰ ਸੁਖਪਾਲ ਸਿੰਘ ਜੀ ਖੇਰਾ ਹੂੰ ਉਹ ਕੋਈ ਦੇਸ਼ ਭਗਤੀ ਦੀ ਲੜਾਈ ਲੜਦੇ ਤਾਂ ਅੰਦਰ गए ਨਹੀਂ ਇੱਥੇ ਮੈਂ ਈਡੀ ਦੀ ਵੀ ਤਾਰੀਫ ਕਰਾਂਗਾ ਈਡੀ ਨੇ ਜੋ ਕੀਤਾ ਠੀਕ ਕੀਤਾ ਈਡੀ ਡੇਡੇ ਵੈਰੀ ਗੁੱਡ ਜੌਬ ਮਨੀ ਲੌਂਡਰਿੰਗ ਮੈਂ ਮੰਨ ਸਕਦਾ ਕਿ ਕਿਸੇ ਨੇਤੀ ਨੂੰ ਕਿਸੇ ਵਿਅਕਤੀ ਨੂੰ ਕੋਈ ਪੈਸੇ ਇਲੈਕਸ਼ਨ ਲੜਨ ਲਈ ਦੇਦੇ ਹੋ ਜਾਂਦਾ ਮੈਂ ਨਹੀਂ ਬੋਲਿਆ ਕੱਲ ਪਰਸੋਂ ਤੋਂ ਜਿੱਦਣ ਤੋਂ ਚਲਾਨ ਪੇਸ਼ ਕੀਤਾ ਮੈਂ ਕਿਹਾ ਯਾਰ ਪਾਰਟੀ ਨੇ ਟਿਕਟ ਦਿੱਤੀ ਇਹਨੂੰ ਅਸੀਂ ਕੀ ਮੂੰਹ ਵਿਖਾਵਾਂਗੇ ਲੋਕਾਂ ਨੂੰ ਕਿ ਜਿਹੜੀ ਪਾਰਟੀ ਸਟੇਜਾਂ ਤੋਂ ਕਹਿੰਦੀ ਆ ਕਿ ਅਸੀਂ ਡਰੱਗ ਦੇ ਖਿਲਾਫ ਆ ਅਸੀਂ ਡਰੱਗ ਖਤਮ ਕਰਨੀਆਂ ਇੱਕ منی ਲੌਂਡਰਿੰਗ ਵਾਲਿਆਂ ਤੋਂ ਟਿਕਟ ਮਿਲ ਗਈ ਤਾਂ ਵੀ ਨਹੀਂ ਮੈਂ ਬੋਲਿਆ ਮੈਂ ਅੱਜ ਬੋਲ ਰਿਹਾ ਕਿ ਸੁਖਪਾਲ ਸਿੰਘ ਖੈਰੇ ਨੂੰ ਯਾ ਸੁਖਪਾਲ ਸਿੰਘ ਖੇਰੇ ਦੇ ਪਰਿਵਾਰ ਦੇ ਮੈਂਬਰ ਨੂੰ ਅਗਰ ਕਾਂਗਰਸ ਪਾਰਟੀ ਟਿਕਟ ਦਿੰਦੀ ਆ ਇਲੈਕਸ਼ਨ ਲੜਾਉਂਦੀ ਆ ਤੇ ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਸਾਡੀ ਕੀ ਆਈਡੀਓਲੋਜੀ ਆ ਕੀ ਅਸੀਂ ਡਰਗ ਦੇ ਉਲਟ ਲੜ ਸਕਦੇ ਆ ਜਦੋਂ ਅਸੀਂ ਡਰਗ ਦੇ ਦੋਸ਼ਾਂ ਦੇ ਵਿੱਚ ਚਾਰਜ ਸ਼ੀਟ ਹੋਇਆ ਬੰਦਾ ਜਿਹੜਾ ਆਪਣੇ ਆਪ ਨੂੰ ਖੁਦ ਮੁਖਤਿਆਰੀ ਦੀ ਹੋਰ ਐਂਦਾ ਕਰਕੇ ਸਾਫ਼ ਕਹਿੰਦਾ ਮੇਰੇ ਵਰਗਾ ਕਲੀਨ ਕੋਈ ਨਹੀਂ ਇਮਾਨਦਾਰ ਕੋਈ ਨਹੀਂ ਯਾਰ ਉਹ ਬੰਦਾ ਡਰਗ ਚ ਹੋਵੇ ਔਰ ਸਾਡੀ ਪਾਰਟੀ ਟਿਕਟ ਦੇਵੇ ਮੈਂ ਇਹਦੀ ਨਿੰਦਿਆ ਕਰਦਾ ਹੂੰ ਪਰ ਇੱਕ ਸਵਾਲ ਹੋਰ ਵੀ ਆ ਵੀ ਤੁਹਾਡੀਆਂ ਯੂਪੀ ਦੇ ਵਿੱਚ ਕਈ 슈ਗਰ ਮਿਲਾਂ ਸ਼੍ਰੀ ਕੇ ਇਹ ਗੱਲ ਕਹਿੰਦੇ ਆ ਵੀ ਉਹਨਾਂ 슈ਗਰ ਮਿਲਾਂ ਨੂੰ ਬਚਾਉਣ ਦੇ ਲਈ ਰਾਣਾ ਗੁਰਜੀਤ ਸਿੰਘ ਆਪਣਾ ਕੰਮਕਾਜ ਚ ਮਗਾਉਣ ਦੇ ਲਈ ਉਹਦੇ ਵਿੱਚ ਕੋਈ ਵਿਗਨ ਨਾ ਪਵੇ ਇਹਦੇ ਲਈ ਪੂਰੀ ਇਸ ਵਕਤ ਗਰਾਊਂਡ ਬਣਾ ਰਹੇ ਆ ਵੀ ਬੀਜੇਪੀ ਦੇ ਨਾਲ ਮਿਲ ਕੇ ਚੱਲੋ ਯੋਗੀ ਦਿਤੀਆ ਨਾਥੀ ਦੀ ਸਰਕਾਰ ਹੈ ਯੂਪੀ ਦੇ ਵਿੱਚ ਇਸ ਕਰਕੇ ਉਹ ਕਾਂਗਰਸ ਦੇ ਖਿਲਾਫ ਖੇਡਾਂ ਖੇਡਦੇ ਆ ਦੇਖੋ ਇਹ ਬੱਚੇ ਆ ਬੱਚੇ ਉਮਰ ਇਹਨਾਂ ਦੀ ਜਿੱਡੀ ਮਰਜ਼ੀ ਹੋਵੇ ਸੋਚ ਇਹਨਾਂ ਦੀ ਛੋਟੀ ਆ ਇੰਡਸਟਰੀਅਲਿਸਟ ਨੂੰ ਕਦੇ ਵੀ ਉਹਦੇ ਉਲਟ ਨਾ ਬੋਲਿਆ ਕਰੋ ਇਹ ਕਾਰਖਾਨੇ ਜਿਹੜੇ ਮੈਂ 5 6 ਪੰਜਾਬ ਤੋਂ ਬਾਹਰ ਲਾਏ ਆ ਕਰੀਬ-ਕਰੀਬ ਉਹਨਾਂ 'ਚ ਆ 4-5 ਲੱਖ ਕਿਸਾਨ ਜੁੜਿਆ ਆ ਉਪੀ 'ਚ ਔਰ 4000 ਬੰਦਾ EMPLOYE ਹੋਇਆ ਆ ਇਹ 2007 ਚ ਜਦੋਂ ਮੇਰੇ ਨਾਲ ਵਧੀਕੀ ਮੇਰੀ ਫੈਕਟਰੀ ਬੰਦ ਕਰਨ ਦੀ ਗੱਲ ਸੁਖਬੀਰ ਸਿੰਘ ਜੀ ਬਾਦਲ ਨੇ ਕੀਤੀ ਵਿਕਰਮ ਮਜੀਠੀਆ ਨੇ ਮੇਰੀ ਫੈਕਟਰੀ ਨੂੰ ਰਾਹ ਜਾਂਦਾ ਸੀ ਉਹ ਰਾਹ ਲੋਕਾਂ ਨੂੰ ਚੜਾ ਕੇ ਤੇ ਬੰਦ ਕਰਾਤਾ ਸਾਨੂੰ ਕੰਦ ਪਾੜ ਕੇ ਤੇ ਅੰਦਰ ਟਰਾਲੀਆਂ ਲੈ ਕੇ ਜਾਣੀਆਂ ਪਈਆਂ ਮੈਂ ਉਸ ਕਰਕੇ ਕਈ ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਯੂਪੀ ਚ ਲਾਇਆ ਹੁਣ ਕੋਈ ਵੀ ਮੁੱਖ ਮੰਤਰੀ ਹੋਏਗਾ ਜਿੱਥੇ ਸਾਡਾ ਕਾਰੋਬਾਰ ਹੋਏਗਾ ਉਹਦੇ ਕੋਲ ਜਾਵਾਂਗੇ ਸਰਕਾਰ ਕੋਈ ਵੀ ਹੋਏਗੀ ਅਸੀਂ ਉਹ ਤੋਂ ਕੰਮ ਲੈਣੇ ਆ ਔਰ ਮਾੜੀ ਮਾੜੀ ਗੱਲ ਕੀ ਆ ਭਾਈ ਜੋਗੀ ਨੇ ਦਿੱਤਿਆ ਰਾਤ ਮੇਰੇ ਨਾਲ ਮੈਂਬਰ ਪਾਰਲੀਮੈਂਟ ਸਕੇ ਪਰ ਮੈਂ ਉਸ ਬੰਦੇ ਦੀ ਤਾਰੀਫ ਕਰਾਂਗਾ ਕਿਉਂ ਨਹੀਂ ਮਤਲਬ ਮੈਨੂੰ ਕਦੇ ਕਾਂਗਰਸੀਆ ਸਮਝ ਕੇ ਤੇ ਮੈਨੂੰ ਮੇਰੀ ਐਂਟਰੀ ਨਹੀਂ ਬੰਦ ਕੀਤੀ ਮੈਂ ਜਦੋਂ ਜਾਣਾ ਕੋਈ ਗੱਲ ਕਹਿਣਾ ਉਹ ਕੰਮ ਕਰਦੇ ਆ ਉਹ ਰਹੀ ਗੱਲ ਮੇਰਾ ਉਹਨਾਂ ਨਾਲ ਮਿਲਣ ਦਾ ਸਵਾਲ ਇਹ ਲੋਕ ਹਰ ਰਿਆ આરોਪ ਲਾ ਕੇ ਮੈਨੂੰ ਬਦਨਾਮ ਕਰਨਾ ਚਾਹੁੰਦੇ ਆ ਔਰ ਕਈ ਲੋਕ ਤਾਂ ਬੀਬੀ ਜ਼ਗੀਰਕੌਰ ਨਾਲ ਜੋੜ ਦਿੰਦੇ ਆ ਹਮ ਦੇਖੋ ਬੀਬੀ ਜ਼ਗੀਰਕੌਰ ਜੀ ਦੇ ਨਾਲ ਜੇ ਮੈਂ ਜੁੜਿਆ ਹਾਂ ਠੀਕ ਹੈ ਸੁਪਾਲ ਖੇਰੇ ਨਾਲ ਪਤਾ ਨਹੀਂ ਕੀ ਹੋਇਆ ਸ਼ੁਰੂ ਤੋਂ ਇਹ ਇਹ ਨੂੰ ਸਗਾ ਕਿ ਮੈਂ ਆ ਮੇਰੇ ਇਲਾਵਾ ਕੋਈ ਨਹੀਂ ਪਰ ਵਿਰੋਧਤਾ ਤੋਂ ਦੁਸ਼ਮਣੀ ਤੱਕ ਗੱਲ ਪਹੁੰਚ ਗਈ ਦੁਸ਼ਮਣੀ ਕਾਦੀ ਯਾਰ ਇਹਨਾਂ ਦੀ ਮੇਰੀ ਕਾਦੀ ਦੁਸ਼ਮਣੀ ਅੰਦਰ ਹੈ ਮੈਂ ਬਾਹਰ ਹੈ ਦੁਸ਼ਮਣੀ ਦੀ ਆਕਾ ਚੱਕ ਪਈ ਇਹ ਮੈਨੂੰ ਅੰਦਰ ਕਰੋਦਾ ਸੀ ਆਪ ਚਲੇ ਗਿਆ ਹੁਣ ਯਾਰ ਇਹ ਕਾਦੀ ਦੁਸ਼ਮਣੀ ਹੈ ਪਰ ਰਾਣਾ ਸਾਹਿਬ ਤੁਹਾਡੇ ਉੱਤੇ ਦੋਸ਼ ਇਹ ਵੀ ਲਾਏ ਗਏ ਜਦੋਂ ਸੁਖਪਾਲ ਸਿੰਘ ਖੇੜਾ ਵਿਰੋਧੀ ਧਰਦੇ ਦਿੱਤਾ ਸੀ ਵੀ ਖੱਡਾਂ ਦੇ ਮਾਮਲੇ 'ਚ ਹੀਰਾ ਫੇਰੀ ਹੋਈ ਤੁਸੀਂ ਆਪਣੇ ਰਸੋਈਏ ਦੇ ਨਾਂ ਦੇ ਉੱਤੇ ਖੱਡਾਂ ਲੈ ਕੇ ਤੇ ਰੇਤ ਬਹੁਤ ਖਾਦੀ ਪੈਸਾ ਬਹੁਤ ਕਮਾਇਆ ਪੰਜਾਬ ਦਾ ਨੁਕਸਾਨ ਹੋਇਆ ਰੇਤ 'ਚੋਂ ਹੂੰ ਵੇਖੋ ਮੈਂ ਸਾਰੇ ਸ਼ਰੋਤਿਆਂ ਨੂੰ ਔਰ ਜਿੱਥੇ-ਜਿੱਥੇ ਪੰਜਾਬੀ ਵਸਦੇ ਆ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਇਹਦੇ 'ਚ ਕੋਈ ਦੂਰ ਆਏ ਨਹੀਂ ਕਿ ਮੇਰੇ ਬੰਦੇ ਸਿਗੇ ਮੇਰੇ ਸਾਥੀ ਆ ਜਿਹੜਾ ਕਾਰੋਬਾਰ ਕਰਨਾ ਚਾਹੁੰਦੇ ਸੀ ਔਰ ਕੋਈ ਵੀ ਕਾਰੋਬਾਰ ਕਰ ਸਕਦਾ ਜੇ ਸਰਕਾਰ ਨੇ ਆਕਸ਼ਨ ਰੱਖੀ ਉਹਨਾਂ ਨੇ ਆਕਸ਼ਨ ਦੇ ਵਿੱਚ ਤਿੰਨ ਆ ਚਾਰ ਖਡਣ 28 ਕਰੋੜ ਦੀਆਂ ਲੈ ਲਈਆਂ ਹਮ ਨੰਬਰ 1 ਦਾ ਪੈਸਾ ਜਮਾ ਹੋਇਆ ਉਹਨਾਂ ਦਾ ਹਾਂਜੀ ਈਡੀ ਇਹਨਾਂ ਨੇ ਰੋਲਾ ਪਾਇਆ ਮੈਨੂੰ ਦਾਗੀ ਕਰਨ ਲਈ ਔਰ ਈਡੀ ਤਹੀਂ ਸ਼ਿਕਾਇਤਾਂ ਇਨਕਮ ਟੈਕਸ ਤਹੀਂ ਸ਼ਿਕਾਇਤਾਂ ਈਡੀ ਨੇ ਮੇਰੇ ਬੇਟੇ ਨੂੰ ਸਮਨ ਕੀਤਾ 4 ਸਾਲ ਪਹਿਲਾਂ ਔਰ ਉਹਨੂੰ ਕਿਹਾ ਵੀ ਤੇਰੇ ਤੋਂ ਆਹ ਆਹ ਡਾਕੂਮੈਂਟ ਸਾਨੂੰ ਚਾਹੀਦੇ ਆ ਉਹ ਨਾ ਤੇ ਕੋਈ ਚਾਰਟਡ ਅਕਾਊਂਟੈਂਟ ਆਪਣੇ ਨਾਲ ਲੈ ਕੇ ਗਿਆ ਈਡੀ ਕੋ ਨਾ ਕੋਈ ਵਕੀਲ ਲੈ ਕੇ ਗਿਆ ਉਹਨੇ ਜਾ ਕੇ ਇੱਕ ਇੱਕ ਐਂਟਰੀ ਦਾ ਐਕਸਪਲੇਨੇਸ਼ਨ ਦਿੱਤਾ ਜੇ ਉਹਦੇ 'ਚ ਕੋਈ ਨੁਕਸ ਹੋਂਦਾ ਇਹ ਚਾਰਾਂ ਸਾਰਾਂ ਚ ਕੀ ਈਡੀ ਕੋਈ ਕਾਰਵਾਈ ਨਾ ਕਰਦੀ ਹੁਣ ਈਡੀ ਨੇ ਸੁਖਪਾਲ ਦੀ منی ਲੌਂਡਰਿੰਗ ਦਾ ਕੇਸ ਚਾਲੂ ਕੀਤਾ ਮੈਂ ਚੁੱਪ ਰਿਆ ਮੈਂ ਕਿਹਾ ਯਾਰ ਸਿਆਸਤ ਚ ਕਈ ਵਾਰ ਇਲੈਕਸ਼ਨ ਲੜ ਲਈ ਲੋਕ ਪੈਸੇ ਦੇ ਦਿੰਦੇ ਆ ਕੋਈ ਗੱਲ ਨਹੀਂ ਕਿੱਡੀ ਗੱਲ ਆ ਮੈਂ ਬਗੈਰ ਮਤਲਬ ਦੇ ਕਦੇ ਕਿਸੇ ਨੂੰ ਬਦਨਾਮ ਨਹੀਂ ਕਰਦਾ ਅੱਜ ਈਡੀ ਦੀ ਤਾਰੀਫ ਕਰਾਂਗਾ ਈਡੀ ਨੇ ਬਹੁਤ ਅੱਛਾ ਕੰਮ ਕੀਤਾ ਇੱਕ ਪੋਲੀਟੀਕਲ ਲੀਡਰ ਜਿਹੜੇ ਟੱਪ ਕੇ ਕਦੇ ਕਾਂਗ ਅਕਾਲੀ ਦਲ ਤੋਂ ਕਾਂਗਰਸ ਕਾਂਗਰਸ ਤੋਂ ਮਾਨ ਗੁਰਪ ਚ ਝੰਡਾ ਖਾਲਸਤਾਨ ਦਾ ਚੱਕਣ ਵਾਲੇ ਅੱਜ ਉਹ ਇੱਕ ਇਹੋ ਜਿਹਾ ਕੇਸ ਚ ਜਿਹਦੇ ਚ ਡਰੱਗ ਸੋਨੇ ਦੇ ਬਿਸਕਟ ਫੋਰਨ ਕਰੰਸੀ ਵੈਪਨ ਦੇ ਵੀ ਸਰਪੰਚ ਤੋਂ ਫੜੇ ਗਏ ਉਹ ਫਾਜ਼ਿਲਕਾ ਕੋਰਟ ਚੋਂ ਉਸ ਬੰਦੇ ਨੂੰ 10 ਸਾਲ ਦੀ ਸਜ਼ਾ ਹੋਈ ਹੈ ਉਹ ਜੇਲ੍ਹ ਚ ਹੈ ਤੇ ਸੁਖਪਾਲ ਸਿੰਘ ਖੇਰਾ ਦੇ ਜਦੋਂ ਇਹੜਕੇ ਚ ਉਹਦੇ ਚ ਆਇਆ ੜਕੇ ਜਾਇਆ ਤੇ ਇਹਨੇ ਹਾਈ ਕੋਰਟ ਦੇ ਵਿੱਚ ਰੋਲਾ ਪਾਇਆ ਕਿ ਵੀ ਮੇਰਾ ਗਿਆ ਕੇਸ ਹਾਈ ਕੋਰਟ ਮਾਨਯੋਗ ਕੋਰਟ ਨੇ ਇਹਦੇ ਉਲਟ ਫੈਸਲਾ ਕਿ ਵੀ ਤੂੰ ਜਾ ਜਾ ਕੇ ਆਪਣੇ ਆਪ ਨੂੰ ਪੇਸ਼ ਕਰ ਤੇ ਕੇਸ ਤੇਰਾ ਚੱਲੇਗਾ ਤੇ ਇਹ ਕਹਿਣ ਲੱਗਾ ਕਿ ਜੱਜ ਹਾਈ ਕੋਰਟ ਦੇ ਕਰਪਟ ਨੇ ਇਹ ਸੁਪਰੀਮ ਕੋਰਟ ਚੜੇ ਗਿਆ ਜੇ ਸੁਪਰੀਮ ਕੋਰਟ ਗਿਆ ਔਰ ਇਹਦੇ ਜੱਜ ਰਿਸ਼ਤੇਦਾਰ ਨੇ ਉਹਦਾ ਫਾਇਦਾ ਇਹਨੂੰ ਮਿਲਦਾ ਨਹੀਂ ਮਿਲਦਾ ਮੈਂ ਕਿਸੇ ਤੇ ਇਪੜੀ ਨਹੀਂ ਕਰਨਾ ਚਾਹੁੰਦਾ ਜੁਡੀਸ਼ਰੀ ਤੇ ਲੇਕਿਨ ਤੇ ਫਿਰ ਹਾਈ ਕੋਰਟ ਤੋਂ ਸੁਪਰੀਮ ਕੋਰਟ ਗਿਆ ਉਥੇ ਇਹਨੂੰ ਰਾਹਤ ਮਿਲੀ ਹਮ ਉਥੇ ਇਹਦੀ ਅਰੈਸਟ ਸਟੇ ਆ ਲੇਕਿਨ ਉਹਨਾਂ ਨੇ ਇਹਨੂੰ ਇਹ ਨਹੀਂ ਕਿਹਾ ਕਿ ਤੈਨੂੰ ਯੂਅਰ ਕਲੀਨ ਇਹਨੂੰ ਉਸ ਕੇਸ ਦੇ ਵਿੱਚ ਹੁਣ ਜਦੋਂ ਚਲਾਨ ਪੇਸ਼ ਹੋਇਆ ਫਾਜ਼ਿਲ ਕਾ ਅਰੇ ਕੇਸ ਦੇ ਲਿੰਕ ਚ ਮਨੀ ਲੌਂਡਰਿੰਗ ਤੋਂ ਜਲਦੀ ਜਲਦੀ ਡਰੱਗ ਤੇ ਆ ਗਈ ਐ ਸੀਵੀ ਆਪਣੇ ਆਈ ਈਡੀ ਨੇ ਬਹੁਤ ਅੱਛਾ ਕੰਮ ਕੀਤਾ ਹੂੰ ਔਰ ਐਕਸਪੋਜ਼ ਕੀਤਾ ਕਿ ਜੇ ਲੀਡਰ ਡਰਗ ਚ ਇਨਵੋਲਡ ਹੋਣ ਉਹਨਾਂ ਨੂੰ ਇਹਨਾਂ ਦਾ ਸੋਸ਼ਲ ਬਾਈਕਾਟ ਹੋਣਾ ਚਾਹੀਦਾ ਹੈ ਇਹੋ ਜਿਹੇ ਬੰਦਿਆਂ ਦਾ ਜਿਨ੍ਹਾਂ ਨੇ ਗੁਮਰਾ ਇਹਨਾਂ ਦੇ ਪਿਤਾ ਜੀ ਨੇ ਝੰਡੇ ਚੱਕੇ ਖਾਲਸਥਾਨ ਦੇ ਆ ਕਪੂਰਥਲੇ ਦੇ ਵਿੱਚ ਕਚੇਰੀ ਦੇ ਉੱਪਰ ਲਾਤਾ ਯਾਰ ਖਾਲਸਥਾਨ ਦਾ ਝੰਡਾ 20 ਯਾਰ ਮੁੰਡਾ ਇਹਨਾਂ ਲੋਕਾਂ ਨੇ ਮਰਵਾਏ ਦੇ ਪਿਤਾ ਜੀ ਨੇ ਸ਼ੁਰੂਆਤ ਕਰਕੇ ਤੇ ਅੱਜ ਯਾਰ ਉਹ ਇਹ ਦੇਸ਼ ਭਗਤ ਬਣਦੇ ਆ ਡਰਗ ਦਾ ਕੇਸ ਹੋਵੇ ਔਰ ਬਿਆਨ ਵੱਡੇ ਵੱਡੇ ਪੰਜਾਬ ਨੂੰ ਖੁਦਮੁਖਤਿਆਰੀ ਉਹ ਤੈਨੂੰ ਖੁਦਮੁਖਤਿਆਰੀ ਦਿੱਤੀ ਹੁੰਦੀ ਤੂੰ ਤਾਂ ਮਾਰ ਦਿੰਦਾ ਸਰ ਆ ਪੰਜਾਬ ਡਰਗ ਬਕਾਉਂਦਾ ਟਕਾ ਕੇ ਸੋ ਇਹ ਬੇਕਾਰ ਲੋਕ ਨੇ ਦੇ ਆਰ ਰਿਜੈਕਟਡ ਬਾਈ ði ਸੋਸਾਇਟੀ ði ਸੋਸਾਇਟੀ ਸ਼ੁਡ ਰਿਜੈਕਟ ਥੈਮ ਐਂਡ ਕਾਂਗਰਸ ਸ਼ੁਡ ਵਿਦਡਰਾਅ ਹਿਸ ਟਿਕਟ ਐਂਡ ਗਿਵ ਇਟ ਟੂ ਸਮਨ ਐਲਸ ਪਰ ਰਾਣਾ ਸਾਹਿਬ ਜਦੋਂ ਕਾਂਗਰਸੀ ਕਾਂਗਰਸਗਾਂ ਦੇ ਨਾਲ ਇਦਾਂ ਖੜਕਦੇ ਹੋਣ ਵਿਰੋਧ ਤਾਂ ਹੁੰਦੀ ਹੋਵੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਸੀ ਕਿ ਨਵਤੇਜ ਸਿੰਘ ਟੀਮਾਂ ਨੂੰ ਹੀ ਟਿਕਟ ਮਿਲਣੀ ਚਾਹੀਦੀ ਆ ਵਿਚ ਵਿਚਾਲੇ ਗੱਲ ਚੱਲੀ ਟਿੱਕ ਟ ਤੁਹਾਡੀ ਕੱਟੀ ਜਾ ਸਕਦੀ ਆ ਉਹ ਮਿਲ ਗਈ ਤੁਸੀਂ ਵੀ ਅੱਗੋਂ ਚੜੋਤੀ ਦਿੱਤੀ ਸੀ ਵੀ ਜੇ ਕਟਾ ਸਕਦਾ ਤਾਂ ਕਟਾ ਲਾ ਜਦੋਂ ਅੱਧੀ ਕਾਂਗਰਸ ਦੇ ਨਾਲ ਇਦਾਂ ਖੜਕਦੀ ਹੋਵੇ ਕਿੱਥੇ ਜੇ ਬੰਦੇ ਹੋ ਦੇਖੋ ਨਵਜੋਤ ਸਿੰਘ ਸਿੱਧੂ ਸਾਡੇ ਪ੍ਰਧਾਨ ਨੇ ਮੈਨੂੰ ਚੰਗਾ ਨਹੀਂ ਲੱਗਾ ਜਦੋਂ ਉਹ ਸੁਲਤਾਨਪੁਰਾ ਕੇ ਕਹਿੰਦੇ ਰਾਜੇ ਰਾਣੇ ਮੈਂ ਰਹਿਣ ਨਹੀਂ ਦੇਣੇ ਰਾਜਾ ਤੱਕ ਦੇ ਤਾ ਰਾਣਾ ਤੱਕ ਦੇਣਾ ਆ ਮੁੰਡਾ ਮੇਰਾ ਇਹਨੂੰ ਮੈਂ ਨਤੇਜ ਸਿੰਘ ਨਤੇਜ ਜੀ ਮੈਨੂੰ ਇਹ ਮੈਂ ਵਜ਼ੀਰ ਬਣਾਉਂਗਾ ਹਮ ਯਾਰ ਮੈਂ ਫਿਰ ਮੈਂ ਵੀ ਬੰਦਾ ਸਾਡੀ ਵੀ ਕੋਈ ਇੱਜ਼ਤ ਆ ਅਸੀਂ ਕੋਈ ਭੇਖ ਮੰਗ ਕੇ ਤਾਂ ਰੋਜ਼ ਜਾਂ ਕਿਸੇ ਦੀ ਜੇਬ ਕੱਟ ਕੇ ਤਾਂ ਪੈਸੇ ਨਹੀਂ ਖਾਂਦੇ ਅਸੀਂ ਕਾਰੋਬਾਰ ਕਰਦੇ ਆ 3-4 ਹਜ਼ਾਰ ਕਰੋੜ ਦੀ ਟਰਨਓਵਰ ਆ ਹੈ ਜੀ ਔਰ ਮੇਰੇ ਨਾਲ ਘਟੋ ਘਟ ਵੀ 4-5 ਲੱਖ ਕਿਸਾਨ ਜੁੜਿਆ ਹੋਇਆ ਚਾਰ-ਪੰਜ ਹਜ਼ਾਰ ਬੰਦਾ ਸਿੱਧਾ ਮੇਰਾ EMPLOYEE ਆ ਮੈਂ ਇਸ ਮੁਲਕ ਦੀ ਅ ਟੈਕਸ ਜਨਰੇਸ਼ਨ ਚ ਉਹਦੇ ਚ ਮਿੱਤੂ ਚਾਹੇ ਵੈਟ ਜਰੀਏ ਚਾਹੇ ਇਨਕਮ ਟੈਕਸ ਜਰੀਏ ਚਾਹੇ ਸੇਲ ਟੈਕਸ ਜਰੀਏ ਯਾਰੋ ਮੈਂ ਮੈਂ ਕੰਟਰੀਬਿਊਟ ਕਰ ਰਿਹਾ ਇਸ ਇਸ ਮੁਲਕ ਦੀ ਇਕਨੋਮੀ ਚ ਆਪਣੇ ਸੂਬੇ ਦੀ ਇਕਨੋਮੀ ਚ ਤੇ ਮੈਨੂੰ ਇਦਾਂ ਦਬਕੇ ਮਾਰਨੇ ਮੈਨੂੰ ਨਹੀਂ ਯਾਰ ਬਰਦਾਸ਼ਤ ਮੈਂ ਵੀ ਗੈਰਤਮੰਦ ਹੁੰਦਾ ਫਿਰ ਮੈਂ ਕਹਿੰਦਾ ਮੈਂ ਮੇਰੀ ਵੀ ਕਟਾ ਦੇਵੇ ਟਿਕਟ ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਨਾਲ ਗੱਲ ਹੋਈ ਕੋਈ ਮੈਂ ਨਹੀਂ ਮੇਰੇ ਨਾਲ ਗੱਲ ਨਹੀਂ ਉਹਨਾਂ ਦੀ ਉਹ ਦੇਖੋ ਪ੍ਰਧਾਨ ਹੈ ਹਮ ਵੱਡੇ ਪ੍ਰਧਾਨੇ ਵੱਡੇ ਲੋਕ ਕਿੱਥੇ ਗੱਲਾਂ ਕਰਦੇ ਹਮ ਸਾਡੀ ਤਾਂ ਗਿਣਤੀ ਨਹੀਂ ਕਿਤੇ ਦੋ ਘਰ ਇਹਨੇ ਸਾਲ ਹੋਏ ਗਿਣਤੀ ਮੇਰੀ ਕਿਤੇ ਨਹੀਂ ਹੁਣ ਗੱਲ ਇਹ ਆ ਕਿ ਜੇ ਨਵਤੇਜ ਸਿੰਘ ਸਿੱਧੂ ਸਾਹਿਬ ਉਹ ਬਹੁਤ ਕੁਝ ਕਰ ਸਕਦੇ ਆ ਉਹਨਾਂ ਨੂੰ ਕਲਾ ਬਖਸ਼ਿਆ ਰੱਬ ਨੇ ਕਿ ਜੋ ਮਨਜੀ ਬੋਲਦੇ ਨੇ ਦੁਨੀਆ ਸੁਣ ਲੈਂਦੀ ਆ ਨਵਤੇਜ ਚੀਵੇਂ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਆ ਸਿੱਧੂ ਸਾਹਿਬ ਲੋਕਾਂ ਨੇ ਰਿਜੈਕਟ ਕਰ ਦਿੱਤਾ ਮੰਨ ਲਓ ਔਰ ਜੇ ਫੇਰ ਵੀ ਤੁਹਾਡੇ ਮਨ 'ਚ ਹੈ ਕਿ ਤੁਸੀਂ ਉਹਨਾਂ ਨੂੰ ਮੰਤਰੀ ਬਣਾਉਣਾ ਤਿੰਨ ਮੰਤਰੀ ਬਣਨ ਤੋਂ ਪਹਿਲਾਂ ਵੀ ਡੱਕਦੇ ਸੀਗੇ ਹੁਣ ਵੀ ਡੱਕੋਗੇ ਹਾਂਜੀ ਤੇ ਤੇਜ ਚੀਮੇ ਦਾ ਕੇ ਇਲੈਕਸ਼ਨ ਲੜੋ 15 ਦਿਨ ਲਾਉਣੇ ਪੈਣਗੇ ਤੁਹਾਨੂੰ 15 ਦਿਨ ਪ੍ਰਧਾਨ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਹੂੰ ਫਿਰ ਇੱਕੋ ਸੀਟ ਤੇ ਰਹਿ ਜਾਓਗੇ ਤੇ ਫਿਰ ਇਹਨੂੰ ਮੰਤਰੀ ਬਣਾ ਦਿਓ ਹੂੰ ਉਹਨੂੰ ਮੰਤਰੀ ਬਣਾਉਣ ਲਈ ਐਮਐਲਏ ਬਣਨਾ ਮੜਾ ਜ਼ਰੂਰੀ ਐਮਐਲਏ ਬਣਦਾ ਨਹੀਂ ਹੂੰ ਸਥਿਤੀ ਆ ਇਸ ਪਰ ਇਹ ਗੱਲ ਸੱਚੀ ਹੈ ਵੀ ਤੁਸੀਂ ਇੱਕ ਅੜੀ ਪਗਾਉਣ ਦੇ ਲਈ ਤੁਸੀਂ ਆਪਦੇ ਪੁੱਤ ਲਈ ਟਿਕਟ ਮੰਗੀ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਕਹਿੰਦੀ ਵੀ ਇੱਕ ਟੱਬਰ ਇੱਕ ਟਿਕਟ ਉਹਨਾਂ ਨੇ ਦਿੱਤੀ ਨਹੀਂ ਤੁਹਾਡੇ ਪੁੱਤ ਨੂੰ ਟਿਕਟ ਤੁਸੀਂ ਉਹਨਾਂ ਨੂੰ ਆਜ਼ਾਦ ਖੜਾ ਕੀਤਾ ਅੜੀ ਭੰਨਣ ਦੇ ਲਈ ਨਾ 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 ਰਾਣਾ ਤਾਂ ਨਿਮਰਤਾ ਵਾਲਾ ਬੰਦਾ ਤੁਸੀਂ ਐਰ ਕਪੂਰਥਲੇ ਜਾਓ ਮੈਂ ਲੋਕਾਂ ਦੇ ਪੈਰਾਂ 'ਚ ਪੈਣਾ ਇੱਥੇ ਬੜੀ ਇਕਾਲੀ ਦਲ ਬੜਾ ਸਟਰੋਂਗ ਸੀ ਕਦੇ ਕਾਂਗਰਸ ਜਿੱਤੀ ਸੀ ਕਦੇ ਨਹੀਂ ਜਿੱਤੀ ਸੀ ਜਿੱਦਣ ਤਾਂ ਮੈਂ ਕੀ ਇਕਾਲੀ ਕੀ ਭਾਜਪੀ ਵਾਲੇ ਜਿਹੜਾ ਵੀ ਬੰਦਾ ਮੇਰਾ ਵਿਰੋਧ ਵੀ ਕਰਦਾ ਮੈਂ ਉਹਦੇ ਵੀ ਗੋਡੀ-ਕੁੱਡੀ ਹਾਤਰਾ ਕੇ ਜਫੀ ਲਾ ਕੇ ਉਹਨੂੰ ਪਤਿਆ ਪਤੂ ਕੇ ਮੈਂ ਦੇਖੋ 10000 ਤੇ ਪਹਿਲੀ ਵਾਰ ਜਿੱਤੇ ਆ 10000 ਤੋਂ ਮੈਂ 28000 ਤੇ ਲੋਕਾਂ ਨੇ ਲੋਕਾਂ ਦਾ ਪਿਆਰ 28000 ਤੇ ਪਹੁੰਚ ਗਿਆ ਲਾਸਟ ਇਲੈਕਸ਼ਨ ਮੈਨੂੰ ਉਮੀਦ ਆ ਕਿ ਲੋਕ ਮੈਨੂੰ ਪਿਆਰ ਦੇਣਗੇ ਬਹੁਤ ਪਿਆਰ ਦੇਣਗੇ ਹਮਮ ਔਰ ਮੈਂ ਬਿਲਕੁਲ ਸੁਲਤਾਨਪੁਰ ਲੋਧੀ ਜਾਣਾ ਨਹੀਂ ਸੀ ਹਮ ਇੰਦਰ ਨੇ ਟਿਕਟ ਮੰਗੀ ਉਹ ਆਜ਼ਾਦ ਲੜਨਾ ਚਾਹੁੰਦਾ ਸੀ ਚਲੋ ਲੜੇ ਕਿਉਂ ਕਾਂਗਰਸ ਹਰ ਜਾਏ ਔਰ ਅਕਾਲੀ ਦਲ ਉਥੇ ਜਿੱਤ ਜਾਏ ਇਹ ਮੈਂ ਨਹੀਂ ਬਰਦਾਸ਼ਤ ਕਰ ਸਕਦਾ ਨਾਇੰਦਰ ਇੰਦਰ ਕਰ ਸਕਦਾ ਅੱਜ ਤੀਜੀ ਪੁੱਛਤ ਹੈ ਉਹਦੀ ਮੇਰੇ ਪਿਤਾ ਜੀ ਕਾਂਗਰਸੀ ਮੈਂ ਕਾਂਗਰਸੀ ਆ ਮੇਰਾ ਬੇਟਾ ਕਾਂਗਰਸੀ ਆ ਛੋਟਾ ਹੁੰਦਾ ਬਿੱਲੇ ਤੇ ਬਿੱਲੇ ਲਾਉਂਦਾ ਹੁੰਦਾ ਸੀ ਇੱਥੇ ਚੰਡੇ ਵਿੱਚ ਚੱਕਦਾ ਹੁੰਦਾ ਸੀ ਇਹ ਬਾਜਪੁਰ ਜਦੋਂ ਦੇ ਸੀ ਉਹਦੀਆਂ ਗੱਲਾਂ ਕਰਦਾ ਛੋਟਾ ਜਾਂਦਾ ਸੀ ਤੇ ਕਾਂਗਰਸ ਸਾਡੇ ਖੂਨ ਚ ਹੈ ਕਾਂਗਰਸ ਨਾਲ ਗੱਦਾਰੀ ਨਹੀਂ ਹੋ ਸਕਦੀ ਕਾਂਗਰਸ ਨੂੰ ਹਰਦਾ ਵੀ ਨਹੀਂ ਦੇਖ ਸਕਦੇ ਇਸ ਕਰਕੇ ਉਧਰ ਗਿਆ ਹੂੰ ਔਰ ਅੱਜ ਤੁਸੀਂ ਇਹ ਵੇਖੋ ਮੈਂ ਇਹਦੇ ਪੂਸੋ ਵਾਲ ਗਿਆ ਇਹਦਾ ਪਿੰਡ ਹੈ ਮੇਰਾ ਮਨ ਨਹੀਂ ਸੀ ਮੇਰਾ ਮਨ ਬਹੁਤ ਦੁਖੀ ਹੋਇਆ ਸੱਚ ਯਕੀਨ ਮੰਨਿਓ ਮੈਂ ਬਹੁਤ ਦੁਖੀ ਸੀ ਕਿ ਮੈਂ ਕੀ ਕੰਮ ਕਰਨ ਜਾ ਰਿਹਾ ਕਿ ਕਿਸੇ ਦੇ ਘਰ ਚ ਜਾ ਕੇ ਚੈਲੰਜ ਕਰੋ ਉਹ ਮਜਬੂਰੀ ਮੇਰੀ ਬਣ ਗਈ कि ਜਦੋਂ ਮੈਨੂੰ ਮੇਰੇ ਘਰੋਂ ਕੱਢਣ ਨੂੰ ਲੋਕ ਤਿਆਰ ਹੋ ਜਾਣ ਹੂੰ ਤੇ ਰਾਣਾ ਯਾਰ ਇੰਨਾ ਵੀ ਇੰਨਾ ਵੀ ਰਾਣਾ ਮੜਾ ਨੀਕ ਵੀ ਉਹਦੀਆਂ ਉਹਦੀ ਜ਼ਮੀਰ ਮਰ ਜਾਏ ਉਹਨੂੰ ਖਤਮ ਕਰਨ ਦੀਆਂ ਗੱਲਾਂ ਕਰਨ ਹੂੰ ਇਦਾਂ ਨਹੀਂ ਹੋ ਸਕਦਾ ਫਿਰ ਮੈਂ ਇਹਦੇ ਪਿੰਡ ਜਾ ਕੇ ਉਹਨੂੰ ਚੈਲੰਜ ਕੀਤਾ ਹੂੰ ਔਰ ਪਰਮਾਹੰਗਾਰਾ ਸੁਲਤਾਨਪੁਰ ਦੇ ਲੋਕਾਂ ਨੇ ਦਿੱਤਾ ਆਰਸੀਐਫ ਚਲੇ ਜਾਓ ਹੂੰ ਆਰਸੀਐਫ ਚ ਲੋਗ ਮੈਂ ਇੱਕ ਮੀਟਿੰਗ ਕੀਤੀ ਹੁਣ ਮੈਂ ਜਾਣਦਾ ਸੁਲਤਾਨਪੁਰ ਇਸ ਕਰਕੇ ਜਨਾ ਕਿ ਇਹਨਾਂ ਨੇ ਮੈਨੂੰ ਪਾਰਟੀ ਚੋਂ ਕਢਾਉਣ ਦੀ ਗੱਲ ਕੀਤੀ ਹੈ। ਔਰ ਮੈਂ ਨਹੀਂ ਸਮਝਦਾ ਕਿ ਪਾਰਟੀ ਮੈਨੂੰ ਕੱਢੇਗੀ। ਮੈਂ ਪਾਰਟੀ ਦਾ ਐਸੈਟ ਆ। ਮੈਂ 22 ਸਾਲ ਇੱਕ ਦੇਖੋ ਲੋਕ ਇਹਨਾਂ ਤੋਂ ਭਾਜੀਪੀ ਵਾਲਿਆਂ ਤੋਂ ਡਰਦੇ ਆ ਕਿ ਯਾਰ ਆਹ ਹੋ ਜੂ, ਉਹ ਹੋ ਜੂ। ਮੈਂ ਕਾਰੋਬਾਰੀ ਬੰਦਾ। ਮੈਨੂੰ ਕੋਈ ਡਰ ਨਹੀਂ ਆ। ਮੈਂ ਕਾਂਗਰਸ ਨਾਲ ਮਜ਼ਬੂਤੀ ਨਾਲ ਖੜਾ। ਮੇਰੇ ਮੇਰੇ ਕਾਰੋਬਾਰ ਯੂਪੀ ਚ ਨਹੀਂ ਭਾਜੀਪੀ ਬੰਦ ਨਹੀਂ ਕਰਾ ਸਕਦੀ, ਲੇਕਿਨ ਉਹ ਐ ਨਹੀਂ ਕਰੇਗੀ। ਇਹ ਇਹਨਾਂ ਲੋਕਾਂ ਦੀ ਸੋਚ ਮਾੜੀ ਆ। ਔਰ ਜੇ ਮੇਰੇ ਵਰਗਾ ਬੰਦਾ ਦਲੇਰੀ ਨਾਲ ਚੱਲਦਾ ਤੇ ਕਹਿੰਦੇ ਯਾਰ ਬੀਜੇਪੀ ਨਾਲ ਮਿਲਿਆ ਮੈਨੂੰ ਦੱਸੋ ਮੈਂ ਬੀਜੇਪੀ ਨਾਲ ਕਿਸ ਤਰ੍ਹਾਂ ਮਿਲਿਆ ਜੇ ਮੇਰਾ ਕਾਰੋਬਾਰੀ ਯੂਪੀ ਚ ਹੈ ਬੀਜੇਪੀ ਦੀ ਸਰਕਾਰ ਹੈ ਮੇਰਾ ਮੁੰਡਾ ਵੀ ਮੈਨੂੰ ਵੀ ਲੈ ਜਾਂਦਾ ਮਿਲ ਲੈਣਾ ਜੋਗੀ ਜੀ ਨੂੰ ਮੈਨੂੰ ਕੋਈ ਕੰਮ ਪੈਗਾ ਮੈਂ ਪ੍ਰਧਾਨ ਮੰਤਰੀ ਨੂੰ ਵੀ ਮਿਲਾਂਗਾ ਔਰ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਹੁਣ ਮਿਲਣਾ ਆਪਣੇ ਲਈ ਨਹੀਂ ਇੱਕ ਸੁਪਨਾ ਹੈ ਮੇਰਾ ਕਿ ਮੇਰਾ ਪੰਜਾਬ ਕਿਦਾਂ ਦਾ ਚਾਹੀਦਾ ਯਾਰ ਪੰਜਾਬ ਦੀ ਗੱਲ ਕਰੀਏ ਅਸੀਂ ਲੀਡਰ ਆਂ ਖਾਲੀ ਵੋਟਰ ਰਹਿਣ ਨੂੰ ਪੰਜਾਬ ਦਾ ਦੇਖੋ ਪਾਣੀ ਥੱਲੇ ਜਾ ਰਿਹਾ 25 ਸਾਲਾਂ ਚ ਪਾਣੀ ਮੁੱਕ ਜਾਏਗਾ ਰੇਗਿਸਤਾਰ ਹੋ ਜਾਏਗਾ ਡेंसली ਪੋਪੂਲੇਟਡ ਸਾਡੀ ਸਟੇਟ ਹੈ ਹਾਂਜੀ ਔਰ ਜੇ ਇਥੇ ਰੋਜ਼ਗਾਰ ਦੀ ਨੌਕਰੀ ਨਾ ਵਧਾਇਆ ਬੇਰੋਜ਼ਗਾਰੀ ਦਿਨ ਪਰ ਦਿਨ ਵਧ ਰਹੀ ਆ ਹੈ ਪਾਕਿਸਤਾਨ ਦੇ ਨਾਲ ਸਾਡਾ ਸੂਬਾ ਉਹ ਬੇਰੋਜ਼ਗਾਰੀ ਵਧੇ ਪਾਣੀ ਥੱਲੇ ਚਲ ਜਾਏ ਰੇਗਿਸਤਾਨ ਹੋ ਜਾਏ ਫਿਰ ਪੰਜਾਬ ਦਾ ਕੀ ਹੋਊਗਾ ਹੂੰ ਅਗਰੈਸਿਵ ਲੋਗ ਆ ਇਹਦਾ ਨੁਕਸਾਨ ਸਾਡੇ ਮੁਲਕ ਨੂੰ ਹੋ ਸਕਦਾ ਔਰ ਪ੍ਰਧਾਨ ਮੰਤਰੀ ਜੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਵੇਖੋ ਨਾਰਥ-ਈਸਟਰਨ ਸੈਕਟਰ ਰੀਜਨ ਜਿਹੜਾ ਆ ਉਹਦੇ ਤੁਸੀਂ 62000 ਕਰੋੜ ਰੁਪਏ ਹਰ ਸਾਲ ਖਰਚਦੇ ਹੋ ਉਥੇ ਕਾਰਖਾਨੇ ਜਿਹੜਾ ਲਾਏ ਉਹਨੂੰ ਇਨਸੈਂਟਿਵ ਦਿੰਨੇ ਹੋ ਉਹ ਟੈਕਸ ਮਾਫ ਕਰ ਦਿਓ ਜਿੱਦਾਂ ਟੈਕਸ ਹੌਲੀਡੇ ਹਿਮਾਚਲ ਜੰਮੂ ਔਰ ਉਤਰਾਖੰਡ ਚ ਕੀਤਾ ਸੀ ਇਹ ਪੰਜਾਬ ਚ ਸਾਰੇ ਚ ਹੋਣਾ ਚਾਹੀਦਾ ਜੇ ਸਾਰੇ ਪੰਜਾਬ ਚ ਤੁਹਾਨੂੰ ਕਰਨ ਚ ਕੋਈ ਤਕਲੀਫ ਮਹਿਸੂਸ ਹੋ ਰਹੀ ਹੈ ਘਟੋ ਘਟ ਹਰ ਸਾਡੇ ਬਾਰਡਰ ਦੇ ਜ਼ਿਲ੍ਹਾ ਜਿਹੜਾ ਇਹ ਕੰਮ ਕਰਦੀ ਏ ਔਰ ਜਿੱਥੇ ਦੇਖੋ ਮਹਾਰਾਸ਼ਟਰ ਚ 50% ਡ੍ਰਿਪ ਇਰੀਗੇਸ਼ਨ ਆ ਉਹਨੇ ਪੰਜਾਬ ਸਰਕਾਰ پار ਸਰਕਾਰ ਨੇ 90% ਸਬਸਿਡੀ ਦੇ ਕੇ ਉਹ ਡ੍ਰਿਪ ਲਵਾਈ ਆ ਉਹ ਖੱਟ ਪਾਣੀ ਨਾਲ ਖੇਤੀ ਅੱਛੀ ਕਰ ਰਿਹਾ ਹੈ ਸੋ ਇਹ ਮੇਰੇ ਪੰਜਾਬ ਚ ਸਾਰਾ ਡ੍ਰਿਪ ਲਗਣਾ ਚਾਹੀਦਾ ਹੋ ਸਕਦਾ 1 ਲੱਖ ਕਰੋੜ ਰੁਪਏ ਦਾ ਖਰਚਾ ਹੋਵੇ ਯਾਰ ਭਰ ਸਰਕਾਰ ਨੂੰ ਸਾਡਾ ਪਾਣੀ ਜੇ ਬਚਾ ਦੇਵੇ ਇਹ ਰੇਗਿਸਤਾਨ ਨਾ ਬਚੇ ਤੇ ਪੰਜਾਬ ਪੰਜਾਬ ਅਜ ਤਾਈਂ ਹਿੰਦੁਸਤਾਨ ਦਾ ਸੀਨਾ ਬਣ ਕੇ ਗੋਲੀਆਂ ਖਾਂਦਾ ਰਿਹਾ ਸਾਡੇ ਨੌਜਵਾਨ ਬਾਰਡਰਾਂ ਤੇ ਹਮੇਸ਼ਾ ਰੱਖਿਆ ਕਰਦੇ ਆ ਇਹਨਾਂ ਨੂੰ ਯਾਰ ਇਹਨਾਂ ਦਾ ਇਹਨਾਂ ਦਾ ਹਾਲ ਇਹਨਾਂ ਦੇ ਪਰਿਵਾਰ ਰੋਲ ਜਾਣਗੇ ਫਿਰ ਫਿਰ ਕੀ ਬਣੂਗਾ ਪੰਜਾਬ ਦਾ ਰਾਣਾ ਸਾਹਿਬ ਤੁਸੀਂ ਸੁਖਬਾਣ ਖੈ ਨਹੀਂ ਨਹੀਂ ਮੈਂ ਨਹੀਂ ਨਹੀਂ ਮੈਂ ਚਾਹੁੰਨਾ ਕਿ ਜਿੰਨਾ ਗੰਦਾ ਪਾਣੀ ਆ ਚਾਹੇ ਸ਼ਹਿਰਾਂ ਦਾ ਹੋਵੇ ਚਾਹੇ ਪਿੰਡਾਂ ਦਾ ਹੋਵੇ ਬਹੁਤ ਰੌਲਾ ਪਾਇਆ ਸਕੀਮ ਚੱਲ ਪਈ ਆ ਗੰਦਾ ਪਾਣੀ ਅਸੀਂ ਯੂਜ਼ ਖੇਤੀ ਲਈ ਟ੍ਰੀਟ ਕਰਕੇ ਕਰੀਏ ਪਿੰਡਾਂ ਪਿੰਡਾਂ ਦੇ ਤੇ ਛਪੜਾਂ ਵਾਲਾ ਹੋ ਜਾਊਗਾ ਜਿਹੜੇ ਸ਼ਹਿਰ ਆ ਉਹਨਾਂ ਲਈ ਰੈਜ਼ਰਵਾਇਰ ਬਣਾਈਏ ਉਹ ਲਈ ਜ਼ਮੀਨ ਚਾਹੀਦੀ ਆ ਪਾਣੀ ਕੁੱਲ 90 ਦਿਨ ਲਈਦਾ 265 ਦਿਨ ਪਾਣੀ ਨਹੀਂ ਲੱਗਣਾ ਤੇ ਉਹ ਪਾਣੀ 265 ਦਿਨ ਦਾ ਸਟੋਰ ਕਰੀਏ ਉਹਨੂੰ ਖੇਤਾਂ 'ਚ ਭੇਜੀਏ ਉਹ ਪਾਣੀ ਦਾ ਯੂਟਿਲਾਈਜੇਸ਼ਨ ਕਰੀਏ ਥੱਲੇ ਉਹ ਪਾਣੀ ਅਸੀਂ ਘੱਟ ਕੱਢੀਏ ਮੇਰੀ ਇਹ ਸੋਚ ਮੈਂ ਇੰਨਾ ਹੀ ਨਹੀਂ ਮੈਂ ਤਾਂ ਇਹ ਵੀ ਚਾਹਣਾ ਕਿ ਹਰ ਜ਼ਿੰਮੇਵਾਰ ਐਂਟਰਪ੍ਰੀਨਰ ਬਣ ਜਾਏ ਇਹ ਮੈਂ ਮੋਦੀ ਸਾਹਿਬ ਨੂੰ 2014 ਚਿੱਠੀ ਲਿਖੀ ਸੀ ਮੈਂ ਕਿਹਾ ਜੀ 15 ਚ ਮੇਰੇ ਦਿਮਾਗ ਚ ਪਹਿਲਾਂ ਸੀ 11 ਚ ਕਿ ਰਾਜਪਾਗ ਆਇਆ ਤੇ ਹਰੇਕ ਜ਼ਿੰਮੇਵਾਰ ਦੀ ਮੋਟਰ ਦੇ ਉੱਤੇ ਪੈਨਲ ਲਾਉਂਗਾ ਉਸ ਪੈਨਲ ਨਾਲ ਬਿਜਲੀ ਪ੍ਰੋਡਿਊਸ ਕਰੂਗਾ ਔਰ ਉਹਦੇ ਨਾਲ ਆਪਣੀ ਮੋਟਰ ਚਲਾਊਗਾ ਡੈਡੀਕੇਟਿਡ ਲਾਈਨ ਐਗਰੀਕਲਚਰ ਮੋਟਰਾਂ ਜਿਹੜੀਆਂ ਆ ਉਹਨਾਂ ਨੂੰ ਡੈਡੀਕੇਟਿਡ ਲਾਈਨ ਹੈ ਸਬਸਟੇਸ਼ਨ ਤੋਂ ਤੇ ਪੰਜਾਬ ਹੀ ਇਹ ਕਿਹੋ ਜਿਹਾ ਸੂਬਾ ਹੋਰ ਕਿਸੇ ਸੂਬੇ ਚ ਨਹੀਂ ਆ ਔਰ ਜੇ ਬਿਜਲੀ ਆ ਸਕਦੀ ਆ ਤੇ ਜਦੋਂ ਜ਼ਿਮੀਂਦਾਰ ਨੇ ਪਾਣੀ ਨਹੀਂ ਲਾਉਣਾ ਉਹ ਬਿਜਲੀ ਜਿਹੜੀ ਪੈਨਲ ਨਾਲ ਪ੍ਰੋਡਿਊਸ ਕਰਨੀ ਆ ਉਹ ਵਾਪਸ ਗ੍ਰਿਡ ਚ ਭੇਜੀ ਜਾਵੇ ਉਹਨੂੰ ਉਹਦੇ ਪੈਸੇ ਦਿੱਤੇ ਜਾਣ ਹਾਂਜੀ ਔਰ ਪੰਜਾਂ ਸਾਲਾਂ ਦੇ ਵਿੱਚ ਜਿਹੜਾ ਸੋਲਰ ਦੇ ਪੈਸੇ ਪੂਰੇ ਹੋ ਜਾਂਦੇ ਆ ਫਿਰ 20 ਸਾਲ ਲਗਾਤਾਰ ਕਿਸਾਨ ਕਮਾਈ ਖਾਏਗਾ ਉਹਦੀ ਇਹ ਆਉਣ ਵਾਲਾ ਯੁੱਗ ਜਿਹੜਾ ਹੈ ਨਾ ਇਹ ਬਿਜਲੀ ਦੀਆਂ ਕਾਰਾਂ ਚੱਲਣੀਆਂ ਬਿਜਲੀ ਦੇ ਟਰੈਕਟਰ ਚੱਲਣੇ ਆ ਮੈਂ ਤਾਂ ਯਾਰ ਸੋਚ ਹੀ ਰੱਖਦਾ ਪਰ ਰਾਣਾ ਸਾਹਿਬ ਇੱਕ ਹੋਰ ਬੜਾ ਮਹੱਤਵਪੂਰਨ ਸਵਾਲਾ ਤੁਸੀਂ ਪਾਣੀ ਬਚਾਉਣ ਦੀ ਗੱਲ ਪਾਣੀ ਨੂੰ ਜ਼ਹਿਰੀਲਾ ਹੋਣ ਤੋਂ ਰੋਕਣ ਦੀ ਗੱਲ ਕੀਤੀ ਆ ਪਰ ਕੁਝ ਕੁ ਬਾਰੇ ਪਹਿਲਾਂ ਤੁਹਾਡੀ 슈ਗਰ ਮਿਲ ਦਾ ਗੰਦਾ ਪਾਣੀ ਜ਼ਹਿਰੀਲਾ ਪਾਣੀ ਸਤਲੁਜ ਦਰਿਆ ਚ ਆਇਆ ਲੱਖਾਂ ਦੀ ਗਿਣਤੀ ਦੇ ਵਿੱਚ ਮੱਛੀਆਂ ਮਰੀਆਂ ਉਦੋਂ ਬੜਾ ਵਿਵਾਦ ਪੈਦਾ ਹੋਇਆ ਜੀ ਟੈਣਾ ਜੀ ਤੁਹਾਡੀ ਯਾਦਦਾਸ਼ਤ ਤੁਸੀਂ ਹੈ ਤਾਂ ਭੁੱਲਣ ਵਾਲੇ ਨਹੀਂ ਉੱਚਾ ਪੇਪਰ ਮਿਲ ਸੀ ਹਮ ਮੇਰੀ ਨਹੀਂ ਸੀ ਜੀ ਮੇਰੀ ਨਹੀਂ ਸੀ ਚੈੱਕ ਕਰ ਲਿਓ ਹਮ ਉਹ ਜਦੋਂ ਮੱਛੀਆਂ ਮਰੀਆਂ ਉਹ ਕੀੜੀ ਅਫਗਾਨਾ ਇੱਕ ਸ਼ੁਗਰ ਮੇ ਲਿਆ ਉਹਦਾ ਸਿਗਾ ਕੰਮ ਹਮ ਮੇਰੀਆਂ ਵੀ ਸ਼ਿਕਾਇਤਾਂ ਸੁਖਪਾਲ ਖੇਰੇ ਅਰਗੇ ਨੇ ਜੋੜੀਆਂ ਬਿਨਾਂ ਜੋੜੀਆਂ ਗਲਤ ਸੱਤ ਗਿਆ ਬੁੱਢਾ ਨਾਲੇ ਤੇ ਦੇਖਣ ਬੁੱਢਾ ਨਾਲਾ ਖਰਾਬ ਹੈ ਤੇ ਗੱਲ ਰਾਣਾ ਸ਼ੁਗਰ ਦੀ ਕਰਦਾ ਸੀ ਇਹ ਸੋਚਿਆ ਇਹਨਾਂ ਨੂੰ ਕਾਦੀ ਔਰ ਇੰਡਸਟਰੀਅਲਾਈਜੇਸ਼ਨ ਹੋਣੀ ਚਾਹੀਦੀ ਆ ਪੋਲੂਸ਼ਨ ਹੋਣਾ ਨਹੀਂ ਚਾਹੀਦਾ ਜੇ ਕਿਸੇ ਬੰਦੇ ਨੂੰ ਇਹ ਜਾਪਦਾ ਕਿ ਰਾਣੇ ਦੇ ਬੋਇਲਰ ਤੋਂ ਚਿਮਨੀ ਤੋਂ ਸਵਾ ਅ ਉੜ ਰਹੀ ਆ ਲੋਕਾਂ ਦੇ ਅੱਖਾਂ 'ਚ ਪੈ ਰਹੀ ਆ ਜੀ ਅਨੇ ਹੋ ਰਿਹਾ ਜੀ ਹਾਂ ਜੀ ਤੇ ਅੱਜ ਮੇਰੀ ਸ਼ੂਗਰ ਮਿਲ ਇਨ ਆਪਰੇਸ਼ਨ ਆ ਹੂੰ ਤੇ ਜੇ ਤਾਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਇਹਨਾਂ ਦਾ ਯਕੀਨ ਹੈ ਉਹਦੇ ਤੋਂ ਚੈੱਕ ਕਰਾ ਲੈਣ ਨੀ ਤਾਂ ਐਨਜੀਟੀ ਬਣਾਈ ਆ ਐਨਜੀਟੀ ਤਾਂ ਜਦੋਂ ਮਿਲ ਬੰਦ ਕਰਦੀ ਆ ਫੇਰ ਉਹ ਇਹ ਨਹੀਂ ਵੇਖਦੀ ਕਿ ਇਹ ਚ 2000 ਕਰੋੜ ਲੱਗਾ ਜਾਂ 500 ਕਰੋੜ ਲੱਗਾ ਤਾਂ ਲੈ ਲੱਗ ਜਾਂਦੇ ਆ ਕਾਰੋਬਾਰ ਠੱਪ ਹੋ ਜਾਂਦੇ ਆ ਮੇਰਾ ਕਰਾਉ ਠੱਪ ਹੂੰ ਕਦੇ ਕੋਈ ਕਹਿ ਦਿੰਦਾ ਯਾਰ ਰਾਣੇ ਦੀ ਮਿਲ ਦੇ ਅੰਦਰ ਇਹ ਪਾਣੀ ਥੱਲੇ ਸਿਟੀ ਜਾਂਦਾ ਹੂੰ ਉਹਦੀ ਜਾਂਚ ਵੀ ਹੋ ਚੁੱਕੀ ਆ ਮੇਰੀ ਜਾਂਚ ਇੱਕ ਵਾਰ ਐਨਜੀਟੀ ਨੇ ਕੀਤੀ ਇਹਨਾਂ ਦੀ ਸ਼ਿਕਾਇਤਾਂ ਤੇ ਸੁਖਪਾਲ ਖੈਰਾ ਜੀ ਉੱਥੇ ਗਏ ਸੀ ਐ ਐਨਜੀਟੀ ਦੇ ਦਫ਼ਤਰ ਦੇ ਅੱਗੇ ਧਰਨਾ ਬੰਦੇ ਲੈ ਕੇ ਕੀ ਹਾਲ ਹੈ ਮੇਰਾ ਰਾਣੇ ਸ਼ਿਕਾਇਤ ਉਹ ਕਹਿੰਦੇ ਸੀ ਸ਼ਿਕਾਇਤ ਐ ਨਹੀਂ ਲੱਗੀ ਵੀ ਈਮੇਲ ਕਰੀ ਜਾਂ ਡਾਕ ਰਾਈ ਭੇਜ ਇਹਨੇ ਭੇਜੀ ਉਹ ਮੇਰੀ ਜਾਂਚ ਹੋਈ ਮੈਨੂੰ ਇੱਕ ਪੈਸੇ ਦੀ ਚਿੰਤਾ ਨਹੀਂ ਸੀ ਨਾ ਰਿਪੋਰਟ ਦੀ ਨਾ ਜਾਂਚ ਦੀ ਪਰ ਜਿਹੜੇ ਜਾਂਚ ਕਰਨ ਆਏ ਸੀ ਕਹਿੰਦੇ ਯਾਰ ਇਹ ਡਾ ਪਾਗਲ ਬੰਦਾ ਹੈ ਕੋਣ ਮੈਂ ਕਿਹਾ ਯਾਰ ਮੇਰੀ ਕਿਸਮਤ ਚ ਪਾਗਲ ਲਿਖਿਆ ਹੈ ਹਮ ਹੁਣ ਮੈਂ ਭੁਗਤ ਰਿਹਾ ਕੋਈ ਗੱਲ ਨਹੀਂ ਇਹਨੂੰ ਕੋ ਸ਼ਿਕਾਇਤ ਫੇਰ ਕਰੇ ਮੈਂ ਕੋਈ ਕਿੰਨਾ 17 ਕਿੱਲਿਆਂ ਦੇ ਵਿੱਚ ਪਾਣੀ ਥੱਲੇ ਭੇਜਦਾ ਜੇ ਮੈਂ ਥੱਲੇ ਭੇਜ ਰਿਹਾ ਹਾਂ ਥੱਲੇ ਦਾ ਪਾਣੀ ਟੈਸਟ ਕਰਾ ਲਓ ਹੂੰ ਇਹ ਕਿੱਡਾ ਕੰਮ ਹੈ ਯਾਰ ਸੋ ਇਹ ਨਿਰਧਾਰ ਬੇਬੁਨਿਆਦ ਐਲੀਗੇਸ਼ਨ ਜਿਹੜੇ ਲਾਉਂਦੇ ਆ ਮੈਂ ਇਹਨਾਂ ਸਾਰੇ ਲੀਡਰਾਂ ਨੂੰ ਜਿਹੜੇ ਗਲਤ ਗੱਲਾਂ ਕਿਸੇ ਬਾਰੇ ਵੀ ਕਰਦੇ ਆ ਇੰਡਸਟਰੀਸਟ ਬਾਰੇ ਇੱਕ ਗੱਲ ਕਰਨਾ ਚਾਹੁੰਨਾ ਇੰਡਸਟਰੀ ਨੂੰ ਇਹੋ ਜਿਹਾ ਐਟਮੋਸਫੀਅਰ ਦਿਓ ਕਿ ਕਾਰਖਾਨੇ ਸਾਡੇ ਸੂਬੇ 'ਚ ਲੱਗਣ ਉਜੀ ਮੇਰੀ ਗੱਲ ਸੁਣੋ ਮੈਂ ਤਾਂ ਡਾਈਵਰਸੀਫਿਕੇਸ਼ਨ ਚੋਨਾ ਸਕੀਮ ਮੇਰੇ ਕੋਲ ਹੈਗੀ ਆ ਮੈਨੂੰ ਅਜੇ ਤੱਕ ਮੌਕਾ ਹੀ ਨਹੀਂ ਮਿਲਿਆ ਹਾਂਜੀ ਮੈਨੂੰ ਮੌਕਾ ਨਹੀਂ ਮਿਲਿਆ ਮੌਕਾ ਦਿੰਦੇ ਨਹੀਂ ਔਰ ਮੈਂ ਚਾਹੂੰਗਾ ਕਿ ਪੰਜਾਬ ਨੂੰ ਝੋਨੇ ਤੋਂ ਹਟਾ ਕੇ ਮੱਕੀ ਤੇ ਲਿਆਵਾਂ ਉਹਦਾ ਪ੍ਰਾਈਸ ਡਿਫਰੈਂਸ਼ੀਏਟ ਜਿਹੜਾ ਹੈ ਨਾ ਉਹ ਪਰ ਸਰਕਾਰ ਨਾਲ ਬਹਿ ਕੇ 네ਗੋਸ਼ੀਏਟ ਕਰਾਂ ਜੇ ਮੇਰੇ ਕੋਲ اختیار ਹੋਣ ਔਰ ਇਸ ਪੰਜਾਬ ਨੂੰ ਮੈਂ ਇਥਨੋਲ ਹੱਬ ਬਣਾਵਾਂ ਸਾਰਾ ਇਥਨੋਲ ਜਿੰਨਾ ਹਿੰਦੁਸਤਾਨ ਨੂੰ ਲੋੜ ਆ ਉਹ ਪੰਜਾਬ ਚ ਬਣੇ ਉਹ ਰੇਲਾ ਰਹੀਂ ਮਾਲ ਗੱਡੀਆਂ ਰਹੀਂ ਛੁੱਕ ਛੁੱਕ ਕਰਦੀਆਂ ਜਾਣ ਵਕਰੀਆਂ ਵਕਰੀਆਂ ਸਟੇਟਸ ਚ ਮੈਂ ਇੱਕ ਗੱਲ ਕਰਨੀ ਭੁੱਲ ਗਿਆ ਜੇ ਤਿੰਨ ਖੱਡਾਂ 28 ਕਰੋੜ ਦੀਆਂ ਜਾ ਸਕਦੀਆਂ ਉਸ ਵੇਲੇ ਦੀ ਸਰਕਾਰ ਉਹਨਾਂ ਦਾ ਬੜਾ ਵੱਡਾ ਨੁਕਸਾਨ ਸੀ ਇਹ ਪੰਜਾਬ ਤਿੰਨੀਆਂ 4000 ਕਰੋੜ ਰੁਪਏ ਨੂੰ ਸਾਲ ਨੂੰ ਚੜਨਾ ਸੀ ਤੇ ਚੜਿਆ ਕਿੰਨੇ ਨੂੰ ਵੀ 300 ਨੂੰ ਫਿਰ ਰਾਣਾ ਦੋਸ਼ੀ ਜਿਹਨੇ ਇੱਕ ਚਮਚਾ ਮੇਰੇ ਬੰਦਿਆਂ ਨੇ ਇੱਕ ਚਮਚਾ ਇੱਕ ਟਰਾਲੀ ਇੱਕ ਟਰੱਕ ਰੇਤਾ ਕੱਢਿਆ ਨਹੀਂ ਉਹ ਚੋਰ ਜਿਹੜੇ ਸਾਰੇ ਸਾਰਾ ਪੰਜਾਬ ਦਾ ਰੇਤਾ ਖਾ ਗਏ ਉਹ ਸਾਧ ਹੂੰ ਯਾਰੋ ਮੈਂ ਤਾਂ ਹਰਾਨ ਆ ਉਹ ਲੋਕ ਵੀ ਇੰਨੇ ਭੋਲੇ ਮੰਨ ਲੈਂਦੇ ਆ ਆਪਸ਼ਨ ਦੇ ਵਿੱਚ ਕੋਈ ਵੀ ਲੈ ਸਕਦਾ ਉਹ ਰਗਾ ਤੇ ਉੱਥੇ 100 ਟਰੱਕ ਕੱਢਣੇ ਉਹਦੀ ਜਗ੍ਹਾ 1000 ਟਰੱਕ ਕੱਢਦਾ ਰੇਟ ਅਗਰ 100 ਹੈ ਉਹਦੇ ਤੋਂ ਉੱਪਰ ਚਾਰਜ ਕਰਦਾ ਉਹ ਚੋਰ ਆ ਮੇਰੇ ਬੰਦਿਆਂ ਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਪੈਸੇ ਅੱਜ ਵੀ ਸਰਕਾਰ ਕੋਲ ਪਏ ਆ ਕਿਸੇ ਨੇ ਖੱਡ ਚਲਾਉਣ ਦੀ ਇਜਾਜ਼ਤ ਦਿੱਤੀ ਹੋਵੇ ਉਹਨਾਂ ਬੰਦਿਆਂ ਨੂੰ ਤਾਂ ਮੈਂ ਦੇਣਦਾਰ ਹੁਣ ਤੁਹਾਡੀ ਕੋਈ ਖੱਡ ਹੈ ਕਿ ਨਹੀਂ ਰੇਤ ਦਾ ਕਾਰੋਬਾਰ ਹੈ ਕੋਈ ਮੇਰੇ ਕੋਲ ਖੱਡ ਹੁੰਦੀ ਤੇ ਈਡੀ ਮੈਨੂੰ ਕਦੀ ਚਰਕੇ ਲੈ ਜਾਂਦੀ ਜਿੰਨੀਆਂ ਸ਼ਿਕਾਇਤਾਂ ਮੇਰੀਆਂ ਹੋਣੀਆਂ ਤੇ ਸੁਖਪਾਲ ਖੈਰੀ ਦੀ ਜਗ੍ਹਾ ਰਾਣਾ ਹੁੰਦਾ ਸੀ ਅੰਦਰ ਤੇ ਤੁਸੀਂ ਕਹਿੰਿਆ ਵੀ ਖੈਰਾ ਸਾਹਿਬ ਦੇ ਉੱਤੇ ਜਿਹੜੀ ਈਡੀ ਦੀ ਕਾਰਵਾਈ ਹੈ ਇਸ ਸਿਫਤ ਯੋਗ ਹੈ ਮੈਂ ਕਹਣਾ ਜੀ ਈਡੀ ਈਡੀ ਨੂੰ ਨੋਬਲ ਪ੍ਰਾਈਜ਼ ਦੇਣਾ ਚਾਹੀਦਾ ਈਡੀ ਦੀ ਕਾਰਵਾਈ ਤਾਂ ਚੰਨੀ ਸਾਹਿਬ ਦੇ ਭਾਂਜੇ ਦੇ ਉੱਤੇ ਵੀ ਹੋਈ ਆ ਹਨੀ ਦੇ ਉੱਤੇ ਤੇ ਉਹ ਠੀਕ ਹੈ ਕਿ ਗਲਤ ਉਹ ਠੀਕ ਗਲਤ ਤਾਂ ਉਹ ਦੱਸਣਗੇ ਈਡੀ ਵਾਲੇ ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕੱਲ ਨੂੰ ਕਿਸੇ ਦਾ ਮੁੰਡਾ ਹੀ ਕੋਈ ਗਲਤ ਗੱਲ ਕਰ ਦਿੰਦਾ ਬਾਪ ਦਾ ਕੀ ਕਸੂਰ ਹੈ ਹੁਣ ਕਈ ਮੁੰਡੇ ਡਰਗ ਵੇਚਦੇ ਆ ਡਰਗ ਖਾਂਦੇ ਆ ਅਸੀਂ ਉਹਨਾਂ ਦੇ ਬਾਪ ਨੂੰ ਅੰਦਰ ਕਰ ਦੇਾਂਗੇ ਅਸੀਂ ਉਹਨਾਂ ਨੂੰ ਦੋਸ਼ੀ ਠਹਿਰਾ ਦੇਾਂਗੇ ਚੰਨੀ ਦਾ ਇਹਦੇ ਵਿੱਚ ਕੀ ਕਸੂਰ ਯਾਰ ਪਰ ਵਿਕਰਮ ਸਿੰਘ ਮਜੀਠੀਆ ਨੇ ਫੋਟੋਆਂ ਤੇ ਵੀਡੀਓ ਦਿਖਾਈਆਂ ਉਹ ਕਹਿੰਦੇ ਆ ਦੇਖੋ ਜੀ ਇਹਦੇ ਕੋਲੇ ਨਾ ਐਮਐਲਏ ਦਾ ਅਹੁਦਾ ਨਾ ਹਣੀ ਦੇ ਕੋਲੇ ਐਮਪੀ ਨਾ ਕੋਈ ਚੇਅਰਮੈਨ ਤੇ ਗਨਮੈਨ ਤੇ ਤੂਤਰੂ ਵਾਲੀਆਂ ਗੱਡੀਆਂ ਫਿਰਦੀਆਂ ਇਦਾਂ ਅਕਾਲੀ ਦਲ ਦੇ ਰਾਜ ਚ ਵੀ ਬਣਿਆ ਕੋ ਤੂਤਰੂ ਵਾਲੀਆਂ ਫਿਰਦੀਆਂ ਅਸੀਂ ਹੂੰ ਡਰੱਗ ਵਾਲਿਆਂ ਕੋ ਫਿਰਦੀਆਂ ਅਸੀਂ ਸੁਣਿਆ ਨਹੀਂ ਸੀ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਆਪਾਂ ਇਹਨਾਂ ਗੱਲਾਂ ਜਨਾ ਪਈਏ ਇਹਨਾਂ ਗੱਲਾਂ ਨੇ ਤਾਂ ਪੰਜਾਬ ਦਾ ਨੁਕਸਾਨ ਕੀਤਾ ਆਪਾਂ ਗੱਲ ਕਰੀਏ ਪੰਜਾਬ ਦੀ ਡਿਵੈਲਪਮੈਂਟ ਦੀ ਯਾਰੋ ਕਿਸਾਨੀ ਕਿਵੇਂ ਬਚਾਉਣੀ ਆ ਕਿਸਾਨ ਦੀ ਆਮਦਨ ਕਿਦਾਂ ਬਤਾਉਣੀ ਆ ਪਾਣੀ ਅਸੀਂ ਕਿਦਾਂ ਬਚਾਉਣਾ ਬਿਜਲੀ ਸਾਡੇ ਕਿਸਾਨ ਕਿਦਾਂ ਪੈਦਾ ਕਰਨ ਇਹ ਸਾਡੀ ਸੋਚ ਹੋਣੀ ਚਾਹੀਦੀ ਆ ਮੈਨੂੰ ਮੌਕਾ ਮਿਲਿਆ ਜਦੋਂ ਕਿਤੇ ਮੌਕਾ ਮਿਲਿਆ ਆ ਜਿਹਨੇ ਮੌਕੇ ਮਿਲੇ ਨਾ ਮੈਨੂੰ ਦਿੱਲੀ ਵਾਲਿਆਂ ਨੇ ਭੇਜਿਆ ਸੀ ਪੂਰਾ ਐਗਰੀਕਲਚਰ ਮਿਨਿਸਟਰ ਇੱਥੇ ਲਾਗੜ ਬਾਹਰੀ ਜਿਵੇਂ ਰਾਦਾ ਕੱਟ ਦਿੱਤਾ ਚਲੋ ਮੈਂ ਅੱਧੇ 'ਚ ਕੰਮ ਕਰ ਦਿੱਤਾ ਅੱਧੇ 'ਚ ਮੈਂ ਦੇਖੋ ਜੇ ਮੈਨੂੰ ਹਾਰਟੀਕਲਚਰ ਦਿੱਤਾ 1961 ਦਾ ਐਕਟ ਕਿਸੇ ਨੇ ਗੌਰ ਹੀ ਨਹੀਂ ਕੀਤਾ ਹੂੰ ਕਿ ਨਰਸਰੀ ਐਕਟ ਬਦਲਣ ਦੀ ਲੋੜ ਆ ਨਰਸਰੀ ਐਕਟ 1900 ਕਾਟ ਬਾਟ ਅਲੇ ਚ ਹੈ ਹੀ ਕੁਛ ਨਹੀਂ ਹੁਣ ਮੈਂ ਉਹਦੀ ਸੋਧ ਲੈਂਦੀ ਆ ਵਿਧਾਨ ਸਭਾ ਚ ਉਹਨੂੰ ਐਮੈਂਡਮੈਂਟ ਲਿਆ ਕੇ ਟ੍ਰੇਸੇਬਿਲਟੀ ਦੀ ਗੱਲ ਰੂਟ ਸਟਾਕ ਦੀ ਗੱਲ ਸਰਟੀਫਿਕੇਸ਼ਨ ਦੀ ਗੱਲ ਚਾਹੇ ਦੇਖੋ ਪੌਦਾ ਅਸੀਂ ਲੈਣ ਜਾਂਦੇ ਸੀ ਨਰਸਰੀਆਂ ਰਜਿਸਟਰ ਹੋਣਗੀਆਂ ਬਹੁਤ ਵਧੀਆ ਸਿਸਟਮ ਬਣਾਇਆ ਆਦਰਵਾਇਜ਼ ਕਿਸੇ ਨਰਸੀ ਕੋ ਜਾਓ ਤੀ ਕੋ ਜੀ ਮੈਨੂੰ ਅੰਬ ਦੇ ਬੂਟੇ ਦੇ ਦਿਓ ਤੁਹਾਨੂੰ ਚਾਹੀਦੇ ਦੁਸ਼ਹਿਰੀ ਆ ਉਹ ਬਾਅਦ ਚ ਪਤਾ ਲੱਗਾ ਕਿ ਯਾਰ ਇਹ ਤਾਂ ਇਹ ਤੇ ਅਚਾਰ ਵਾਲਾ ਅੰਬ ਨਿਕਲਿਆ ਹੂੰ ਤੇ 7 ਸਾਲ ਜੀਵਨ ਦੇ ਅੰਦਰ ਦੇ ਖਰਾਬ ਹੋਏ ਉਹਦੀ ਟ੍ਰੇਸੇਬਿਲਟੀ ਉਹਦੀ ਆਥੈਂਟੀਸਿਟੀ ਉਹਦੀ ਸਰਟੀਫਿਕੇਸ਼ਨ ਸਾਰਾ ਕੁਝ ਹੋਊਗਾ ਔਰ ਇਸੇ ਤਰ੍ਹਾਂ ਜਿਹੜੇ ਆਲੂ ਨੇ ਆਲੂਆਂ ਨੂੰ ਅਸੀਂ ਹਾਲੈਂਡ ਦੇ ਆਲੂਆਂ ਹਾਲੈਂਡ ਔਰ ਬਾਕੀ ਦੁਨੀਆ ਦੇ ਵਿੱਚ ਜਿਹੜੇ ਆਲੂ ਦਾ ਸ਼ੀਟ ਬਣਦਾ ਉਹ ਕੰਟਰੋਲਡ ਕੰਡੀਸ਼ਨਸ ਚ ਬਣਦਾ ਬੜਾ ਮਹਿੰਗਾ ਤਿਆਰ ਹੁੰਦਾ ਲੇਕਿਨ ਪੰਜਾਬ ਦੀ ਤਵਾਬੇ ਦੀ ਧਰਤੀ ਨੂੰ ਬਖਸ਼ਿਸ਼ ਆ ਕਿ ਇੱਥੇ ਜਿਹੜਾ ਇੱਕ ਵਾਇਰਸ ਆਉਂਦਾ ਉਹ ਜਨਵਰੀ 5 10 ਦਿਨ ਲੱਗੇ ਸ਼ੱਕੇ ਹੁੰਦਾ ਫਿਰ ਉਹ ਤੇਲਾ ਜਿਹੜਾ ਹੁੰਦਾ ਉਹਨੂੰ ਮਲਟੀਪਲਾਈ ਕਰਦਾ ਐਫਿਡ ਜਿਹੜਾ ਕਹਿੰਦੇ ਆ ਅਸੀਂ 10 ਤਰੀਕ ਤਈ 5 ਜਨਵਰੀ ਤਈ ਸਾਡਾ ਆਲੂ ਜਿਹੜਾ ਸਾਈਜ਼ ਸਾਨੂੰ ਸੀਡ ਲਈ ਚਾਹੀਦਾ ਹੁੰਦਾ ਕੰਡੀਊਸਿਵ ਐਟਮਾਸਫੀਅਰ ਹੈ ਉਹਦੇ ਚੋਂ ਤਿਆਰ ਹੋ ਜਾਂਦਾ ਉਹਰੇ ਆਉਣ ਵਾਲੇ ਸਮੇਂ ਚ ਉਹਦੀ ਅਸੀਂ ਟ੍ਰੇਸੇਬਿਲਟੀ ਕਿ ਟ੍ਰੇਸ ਕਰਾਂਗੇ ਕਿ ਜਿਹੜਾ ਇਹ ਆਲੂ ਦੇਤੇ ਮੋਹਰ ਲੱਗੀ ਆ ਇਹ ਯੂਪੀ ਦਾ ਪੈਦਾ ਹੋਇਆ ਕਿ ਦੁਆਬੇ ਦਾ ਪੈਦਾ ਆ ਕਿਹੜੀ ਜਗ੍ਹਾ ਦਾ ਇਹ ਐਕਟ ਚ ਲੈਂਦਾ ਹੁਣ ਆਉਣ ਵਾਲੇ ਸਮੇਂ 'ਚ ਇਹਦੀ ਸੀਡ ਦੀ ਸਰਟੀਫਿਕੇਸ਼ਨ ਹੋਏਗੀ ਲੋਕਾਂ 'ਚ ਸੀਡ ਪੰਜਾਬ ਦਾ ਪੰਜਾਬ ਦਾ ਨਹੀਂ ਦੁਆਬੇ ਦਾ ਸਾਰੇ ਹਿੰਦੁਸਤਾਨ 'ਚ ਪਹਿਲਾਂ ਤੇ ਹਿੰਦੁਸਤਾਨ 'ਚ ਸਹੀ ਦੁਆਬੇ ਦਾ ਸੀਡ ਜਾਏਗਾ ਲੋਕਾਂ ਨੂੰ ਸੀਡ ਦੀ ਸਰਟੀਫਾਈਡ ਸੀਡ ਮਿਲੇਗਾ ਔਰ ਫਿਰ ਇੱਕ ਦਿਨ ਕੋਈ ਦੂਰ ਨਹੀਂ ਪਈ ਸੱਤੀ ਸਾਲੀ ਅਸੀਂ ਆਪਣੇ ਆਪ ਨੂੰ ਇੰਨਾ ਕੋ ਅੱਗੇ ਲੈ ਜਾਣ ਜੇ ਮੇਰੀ ਸੋਚ ਨਾ ਚੱਲਣਗੇ ਹੂੰ ਤੇ ਇੰਨਾ ਕੋ ਅੱਗੇ ਲੈ ਜਾਵਾਂਗਾ ਕਿ ਜਿੱਥੇ ਹਾਲੈਂਡ ਬੀ ਬੀ ਜਦੋਂ ਭੇਜਦਾ ਨਾ ਉੱਥੇ ਮੇਰਾ ਪੰਜਾਬ ਵੇਚੂ ਪਰ ਕਈ ਕਾਂਗਰਸੀ ਇਹ ਵੀ ਗੱਲ ਕਹਿੰਦੇ ਕਿ ਤੁਸੀਂ ਆਪਣਾ ਸਾਬਕਾ ਪੀਏ ਭੁਲੱਥ ਦੇ ਵਿੱਚ ਭੇਜਤਾ ਵੀ ਕਰ ਕੁਛ ਦੇਖੋ ਉਹ ਮੇਰਾ ਪੀਏ ਨਹੀਂ ਹੈ ਉਹ ਕਾਂਗਰਸ ਦਾ ਵਰਕਰ ਹੈ ਹੂੰ ਉਹਨੂੰ ਪੂਰਾ ਅਖਤਿਆਰ ਹੈ ਉਹਨੇ ਭੁਲੱਥ ਦੇ ਜਦੋਂ ਸਰਦਾਰ ਸੁਖਪਾਲ ਸਿੰਘ ਜੀ ਖੈਰਾ ਕਾਂਗਰਸ ਤੋਂ ਭਗੌੜੇ ਹੋ ਗਏ ਸੀ ਭੱਜ ਕੇ ਬੀਜਪੀ ਚਲੇ ਗਏ ਉਹਨਾਂ ਨੂੰ ਖੇਰੂ ਖੇਰੂ ਸੌਰੀ ਆਪ ਚਲੇ ਗਏ ਫਿਰ ਉਹਨਾਂ ਨੂੰ ਖੇਰੂ ਖੇਰੂ ਕਰ ਦਿੱਤਾ ਹਾਂਜੀ ਤੇ ਉਹ ਸੇਵਾਦੋਂ ਗੋਰਾ ਗੇਲੀ ਕਰ ਦਿੰਦਾ ਸੀ ਹੂੰ ਮੇਰਾ ਪੁੱਤਰ ਹੈ ਮੈਂ ਉਹਨੂੰ ਪੋਲੀਟਿਕਲੀ ਪ੍ਰਮੋਟ ਕੀਤਾ ਲੇਕਿਨ ਯਾਰ ਜਿੱਥੇ ਉਹਨੂੰ ਓਪਨਿੰਗ ਮਿਲੇਗੀ ਜਾਏਗਾ ਕੋਈ ਵੀ ਬੰਦਾ ਇੱਕ ਗੋਰਾ ਗੇਲੀ ਥੋੜੀ ਨਾ ਬਹੁਤ سارے ਲੋਕ ਆ ਫਤਿਹ ਜੰਗ ਬਾਜਵਾ ਪ੍ਰਤਾਪ ਬਾਜਵਾ ਦਾ ਭਰਾ ਚਲੇ ਗਿਆ ਬੀਜਪੀ ਚੋਂ ਵੀ ਰਣੇ ਨੇ ਭੇਜਿਆ ਉਹਨਾਂ ਹੱਬਿਸ ਸਿੱਧੂ ਸਾਹਬ ਨੇ ਦਿੱਤੀ ਸੀ ਮੇਰਾ ਕਸੂਰ ਹੈ ਯਾਰ ਜੇ ਮੈਂ ਜਿੱਥੇ ਸੂਤ ਜਾਵੇ ਕੀ ਲੱਗਦਾ ਕਾਂਗਰਸ ਕਿੱਥੇ ਜਾ ਖੜੀ ਆ ਮੈਂ ਅਕਸਰ ਇਹ ਦੇਖਦਾ ਵੀ ਤੁਹਾਡਾ ਵਿਰੋਧ ਵਿਰੋਧੀ ਪਾਰਟੀਆਂ ਵੱਲੋਂ ਘੱਟ ਹੁੰਦਾ ਤੁਹਾਡਾ ਵਿਰੋਧ ਆਪਣੀ ਪਾਰਟੀ ਵੱਲੋਂ ਵੱਧ ਹੁੰਦਾ ਵਿਰੋਧ ਚ ਵਿਕਾਸ ਹੁੰਦਾ ਜੇ ਰਾਣੇ ਦੇ ਪੱਲੇ ਹੈ ਕੁਝ ਤਾਂ ਵਿਰੋਧ ਹੁੰਦਾ ਮੈਂ ਤਾਂ ਇਹਨਾਂ ਚਾਰਾਂ ਨੂੰ ਕਿਹਾ ਮੈਂ ਕਿਹਾ ਸ਼ੇਰੋ ਇਕੱਠੇ ਹੋ ਜਾਓ ਤੁਸੀਂ ਤਾਂ ਜਿਤਨੀ ਰਹੇ ਆਪਣੀਆਂ ਸੀਟਾਂ ਛੱਡ ਕੇ ਮੈਨੂੰ ਰੌਣ ਲਈ ਆਓ ਹੂੰ ਲੱਗ ਜਾਏਗਾ ਪਤਾ ਕੁਮੜੀ ਗੱਲ ਐ ਆਓ ਲੱਗਦਾ ਕਾਂਗਰਸ ਇਹਦਾ ਜਿੱਤੂ ਬਿਲਕੁਲ ਕਪੂਰਥਲੇ ਚ ਕਾਂਗਰਸ ਜਿੱਤੂਗੀ ਪੰਜਾਬ ਦੇ ਵਿੱਚ ਸਥਿਤੀ ਕੀ ਮੰਨਦੇ ਹੋ ਸੁਲਤਾਨਪੁਰ ਦੇ ਵਿੱਚ ਵੀ ਆਜ਼ਾਦ ਲੜਦੇ ਹੋਏ ਵੀ ਰਾਣਾ ਇੰਦਰਪ੍ਰਤਾਪ ਜਿੱਤੂਗਾ ਔਰ ਉਹ ਕਾਂਗਰਸੀ ਚੋੜੀ ਸੀਟ ਜਾਊਗੀ ਹੂੰ ਲਾਡੀ ਸ਼ੇਰਵਾਲੀ ਜਿੱਤੂਗਾ ਰਿੰਕੂ ਜਿੱਤੂਗਾ ਪ੍ਰਗਟ ਸਿੰਘ ਜਿੱਤੂਗਾ ਜਿੱਤਨ ਵਾਲਿਆਂ ਦੀ ਵੀ ਕਮੀ ਨਹੀਂ ਔਰ ਇੰਡੀਵਿਜੂਅਲੀ ਸਭ ਲੋਕ ਤਕੜੇ ਆ ਔਰ ਇੰਨੇ ਮਜ਼ਬੂਤ ਕੈਂਡੀਡੇਟ ਕਿਸੇ ਪੋਲੀਟੀਕਲ ਪਾਰਟੀ ਕੋਲ ਨਹੀਂ ਹਮਮ ਔਰ ਪੰਜ 6 ਕਾਰਨਰਡ ਕੰਟੈਸਟ ਆ ਔਰ ਵੋਟ ਬੈਂਕ ਕਾਂਗਰਸ ਦਾ ਇੰਟੈਕਟ ਆ ਇਸ ਕਰਕੇ ਔਰ ਲੋਕ ਚਨੀ ਦੇ ਕੀਤੇ ਕਮਾਂ ਨੂੰ 110 11 ਦਿੰਦੇ ਉਹਨੂੰ ਯਾਰ ਪਸੰਦ ਕਰਨ ਲੱਪੇ ਮੁਹੱਬਤ ਹੈ ਚਨੀਨਾ ਉਹਦੀਆਂ ਵੋਟਾਂ ਪੈਣੀਆਂ ਉਹਦਾ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੀ ਬਹੁਤ ਨੇੜਤਾ ਰਹੀ ਹੈ ਬੇਹੱਦ ਨੇੜਤਾ ਜੀ ਨੂੰ ਕਹਿੰਦੇ ਆ ਹੁਣ ਦੂਰੀ ਵੀ ਓਨੀ ਆ ਕਿ ਸੈਂਦੇ ਸੈਂਦੇ ਹੀ ਕੰਮ ਦੇਖੋ ਮੈਂ ਕਦੇ ਕਿਸੇ ਦੇ ਸਿਰ ਨਹੀਂ ਆਉਂਦਾ ਕੈਪਟਨ ਅਮਰਿੰਦਰ ਸਿੰਘ ਨਾਲ ਮੈਂ ਬਹੁਤ ਮੁਹੱਬਤ ਕੀਤੀ ਲਵ ਸੀ ਲਵ ਲੇਕਿਨ ਲਵ ਵਨ ਸਾਈਡਿਡ ਸੀ ਬਾਅਦ ਚ ਮੈਨੂੰ ਪਤਾ ਲੱਗਾ ਕਿ ਇਹ ਤਾਂ ਕਿਸੇ ਨਾਲ ਕਰਦਾ ਹੀ ਨਹੀਂ ਮੈਂ ਹੀ ਕਰਦਾ ਰਿਹਾ ਹੂੰ ਮੈ ਉਹਦੇ ਬਿਲਕੁਲ ਲੱਗੇ ਨਹੀਂ ਹੂੰ ਮੈਂ ਉਹਨਾਂ ਨੂੰ ਫੋਨ ਵੀ ਨਹੀਂ ਕੀਤਾ ਮੈਂ ਮਿਲਣ ਵੀ ਨਹੀਂ ਗਿਆ ਇੱਕ ਤਰਫਾ ਪਿਆਰ ਝੂਠਾ ਨਿਕਲਿਆ ਗਲਤ ਨਿਕਲਿਆ ਯਾਰ ਦੇਖੋ ਮਹਾਰਾਜ ਸਾਹਿਬ 20 ਸਾਲ ਕਾਂਗਰਸ ਤੋਂ ਬੜਾ ਮਾਣ ਤਾਨ ਬਖਸ਼ਿਆ 20 ਸਾਲ ਦਿੱਤਾ ਇਹਨਾਂ ਨੂੰ ਰਾਜ ਪਾਗ ਚਲੋ ਜੇ 6 ਮਹੀਨੇ 3 ਮਹੀਨੇ ਨਹੀਂ ਵੀ ਕਾਂਗਰਸ ਇੰਟਰਸਟੇਟ ਤੇ ਚੁੱਪ ਕਰਕੇ ਬਹਿ ਜਾਂਦੇ ਤੇ ਸਾਡੇ ਹੋ ਸਕਦਾ ਆਉਣ ਵਾਲੇ ਫਿਰ ਮੁੱਖ ਮੰਤਰੀ ਇਹ ਹੋ ਜਾਂਦੇ ਇਹ ਕੋ ਪਤਾ ਹੁੰਦਾ ਸਬਰ ਵੀ ਕੋਈ ਚੀਜ਼ ਹੈ ਸੋ ਮਹਾਰਾਜ ਸਾਹਿਬ ਨੇ ਇੱਥੇ ਥੋੜਾ ਜਿਹਾ ਗਲਤ ਕੀਤਾ ਵੈਸੇ ਮੇਰੋਂ ਵੱਡਿਆ ਮੈਂ ਉਹਨੂੰ ਗਲਤ ਨਹੀਂ ਕਹਿ ਸਕਦਾ ਮੈਂ ਉਹਨਾਂ ਦਾ ਸ਼ਗਿਰਦ ਰਿਆਂ ਉਸਤਾਦ ਨੂੰ ਮੈਂ ਗਲਤ ਕਾ ਗਲਤ ਕਰ ਲਿਆ ਮੈਂ ਨਹੀਂ ਕੋ ਮਾੜਾ ਨਹੀਂ ਕਹਿੰਦਾ ਲੇਕਿਨ ਇੱਕ ਨਹੀਂ ਚਾਹੀਦਾ ਸੀ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਬਨਾਮ ਚਰਨਜੀਤ ਸਿੰਘ ਚੰਨੀ ਕੀ ਤੁਸੀਂ ਖਿੱਚ ਮੰਨਦੇ ਹੋ ਵੱਧ ਯਾਰ ਮੈਨੂੰ ਤਾਂ ਇਹ ਦੱਸੋ ਕੈਪਟਨ ਅਮਰਿੰਦਰ ਸਿੰਘ ਬਨਾਮ ਸਿੱਧੂ ਚਰਨਜੀਤ ਸਿੰਘ ਚਨੀ ਬਨਾਮ ਸਿੱਧੂ ਇਹ ਬਨਾਮ ਬਰੂਮ ਕੁਝ ਨਹੀਂ ਹੁੰਦਾ ਸਾਡੀ ਹਾਈ ਕਮਾਂਡ ਹੁੰਦੀ ਹੈ ਹਮ ਹਾਈ ਕਮਾਂਡ ਫੈਸਲਾ ਕਰਦੀ ਆ ਕਿ ਮੁੱਖ ਮੰਤਰੀ ਕੌਣ ਹੋਏਗਾ ਔਰ ਹਾਈ ਕਮਾਂਡ ਦੇਖੋ 5 ਵਜੇ ਤਾਈਂ ਜਦਨ ਸੀ ਐਲਪੀ ਦੀ ਮੀਟਿੰਗ ਹੋਈ ਅਗਲੇ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਇਖਤਿਆਰ 5 ਵਜੇ 5 ਵਜੇ ਤੇ ਮੈਂ ਕੈਪਟਨ ਦਰ ਸਿੰਘ ਨਾ ਸੀ ਹਾਲਾਂਕਿ ਉਹ ਮੇਰਨਾ ਨਹੀਂ ਸੀ ਉਹ ਕਿਸੇ ਨਾਂ ਵੀ ਨਹੀਂ ਸੀ ਹੂੰ ਆਪਣੇ ਆਪ ਨਾਲ ਹੀ ਸੀ ਮੀ ਮਾਈ ਸੈਲਫ ਹੂੰ ਲੇਕਿਨ ਮੈਂ ਟੜੇ ਦਾ ਬੰਦਾ ਟੜੇ ਦਾ ਪੱਕਾ ਮੇਰੇ ਪਿਤਾ ਜੀ ਨੇ ਇਹੀ ਮੈਨੂੰ ਗੱਲ ਸਿਖਾਈ ਕਿ ਜਿਹਦੇ ਜਿਹਦੇ ਨਾਲ ਤੁਰਿਏ ਉਹਦੇ ਹੋ ਕੇ ਰਹਿ ਜਾਈਏ ਹੂੰ ਤੇ ਅੱਜ ਜੇ ਮੈਂ ਟੜੇ ਦਾ ਪੱਕਾ ਤੇ ਮੇਰੇ ਕਪੂਰਥਰੇ ਦੇ ਲੋਕ ਮੇਰੇ ਪ੍ਰੇਮੀ ਜਿੱਥੇ-ਜਿੱਥੇ ਵੀ ਆ ਉਮਰ ਨੂੰ ਪੁੱਛਦੇ ਆ ਯਾਰ ਕਰੀਏ ਕੀ ਉਹ ਟੜੇ ਨਾ ਖੜੇ ਆ ਮੈਂ 5 ਵਜੇ ਤਾਈ ਕੈਪਟਨ ਅਮਿੰਦਰ ਸਿੰਘ ਨਾ ਖੜਾ ਰਿਆ ਮੈਂ ਕੈਪਟਨ ਅਮਿੰਦਰ ਸਿੰਘ ਨੂੰ ਬਦਲਣ ਲਈ ਜਿੱਦਾਂ ਚੰਨੀ ਸਾਹਿਬ ਜਾਂ ਹੋਰ ਸਾਹਿਬਾਂ ਨੇ ਮੇਰੇਆਂ ਨੇ ਮਹਿਮ ਚਲਾਈ ਸੀ ਮੈਂ ਉਸ ਮਹਿਮ ਤਾਂ ਐਸਾ ਹੀ ਨਹੀਂ ਹੂੰ ਲੇਕਿਨ ਜਦੋਂ 5 ਵਜੇ ਅਸੀਂ اختیار ਦਿੱਤੇ ਸੁਣੀਏ ਜੀ ਨੂੰ ਮੈਂ ਕਹਾ ਜੀ ਮੈਂ ਵੀ ਦਿੱਤੇ ਫਿਰ ਉਹਦੇ ਬਾਅਦ ਮੇਰੇ ਕੋ ਕੋਈ ਚੋਇਸ ਨਹੀਂ ਜਦੋਂ ਅਸੀਂ ਆਪਣੀ ਹਾਈ ਕਮਾਂਡ ਨੂੰ ਕਹੀਏ ਕਿ ਫੈਸਲਾ ਕਰ ਦਿਓ ਫਿਰ ਹਮ ਜੋ ਹਾਈ ਕਮਾਂਡ ਫੈਸਲਾ ਕਰੇਗੀ ਉਹ ਸਭ ਨੂੰ ਮੰਨਣਾ ਪਊਗਾ ਰਾਣੇ ਨੇ ਵੀ ਮੰਨਿਆ ਕਿਤੇ ਹੈ ਕੈਪਟਨ ਨਰਿੰਦਰ ਸਿੰਘ ਦਾ ਆਧਾਰ ਭਾਜਪੀ ਨਾਲ ਜਾਰੀ ਪਈ ਉਹਨਾਂ ਦੀ ਤਾਜ਼ੀ ਤਾਜ਼ੀ ਇੱਥੇ ਵੀ ਉਮੀਦਵਾਰ ਖੜੇ ਹੋਣਗੇ ਪੂਰੇ ਪੰਜਾਬ 'ਚ ਖੜੇ ਕਰਨੇ ਆ ਮੰਨਦੇ ਆ ਵੀ ਕੁਝ ਕੱਢ ਸਕਦੇ ਕ ਨਹੀਂ ਯਾਰ ਮੈਂ ਉਲਟੇ ਨਹੀਂ ਬੋਲ ਰਿਹਾ ਮੈਂ ਸਤਿਕਾਰ ਕਰਦਾ ਕੈਪਟਨ ਨਰਿੰਦਰ ਸਿੰਘ ਦਾ ਲੇਕਿਨ ਮੈਨੂੰ ਦੁੱਖ ਅਫਸੋਸ ਬਹੁਤ ਜ਼ਿਆਦਾ ਯਾਰ ਇੱਕ ਵੀ ਐਮਐਲਏ ਜਿਹੜਾ ਕਦੇ ਪੰਜਾਬ 'ਚ ਰਾਜ ਮੇਰੀ ਵਜ੍ਹਾ ਨਾਲ ਆਇਆ ਉਹਦੇ ਨਾਲ ਇੱਕ ਵੀ ਐਮਐਲਏ ਨਾ ਜਾਵੇ ਚਲੋ ਰਾਣਾ ਸੋਢੀ ਵੀ ਗਿਆ ਫਤਿਹਜੰਗ ਬਾਜਵਾ ਵੀ ਗਿਆ ਤੇ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਕਿਉਂ ਨਹੀਂ ਗਏ ਕਾਰਨ ਤਾਂ ਹੋਊਗਾ ਹੂੰ ਮੈਨੂੰ ਦੁੱਖ ਹੋਇਆ ਇੰਨਾ ਲੰਮਾ ਰਾਜ ਕਰਕੇ ਹੁਣ ਦੇਖੋ ਜੇ ਰਾਣਾ)^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{( ਕੋਣਾ ਕੋਣਾ ਰਣਾ ਇੰਦਰਪ੍ਰਤਾ ਉਹਦੇ ਕੀ ਆ ਪੱਲੇ ਮੇਰੀ ਰੈਪਿਊਟੇਸ਼ਨ ਮੇਰੀ ਵਜ੍ਹਾ ਨਾਲ ਅੱਜ ਲੋਕ ਉਹਦੇ ਨਾਲ ਸੋ ਮਹਾਰਾਜ ਸਾਹਿਬ ਦਾ ਆਪਦੇ ਟੱਬਰ ਦੇ 15 ਜੀ ਇਹ ਸਾਰੇ ਖੜੇ ਕਰ ਦੇਣੇ ਚਾਹੀਦੇ ਆ ਹੂੰ ਜੇ ਮੇਰੇ ਅਸੀਂ ਦੋ ਜਣੇ ਹੋ ਸਕਦੇ ਆ ਨਾ ਪਾਰਟੀ ਮੈਨੂੰ ਦੋ ਤਿੰਨ ਸੀਟਾਂ ਔਰ ਦੇਵੇ ਮੈਂ ਦੋ ਤਿੰਨ ਸੀਟਾਂ ਔਰ ਜਿਤਾ ਦੂੰ ਹੂੰ ਆਪਣੇ ਟੱਬਰ ਚੋਂ ਖੜੇ ਕਰ ਦੂੰ ਹੂੰ ਤੇ 20 ਸਾਲ ਰਹੇ ਇਹਨਾਂ ਚਾਹੀਦਾ ਪਰ ਪਿੱਛੇ ਜੇ ਤੁਸੀਂ ਇੱਕ ਇਹ ਵੀ ਤਰਕ ਦਿੱਤਾ ਵੀ ਜੇਕਰ ਮੈਨੂੰ ਕਾਂਗਰਸ ਤੋਂ ਕੱਢਣ ਦੀ ਗੱਲ ਕਰਦੇ ਮੇਰਾ ਮੁੰਡਾ ਜੇਕਰ ਆਦਾਨ ਖੜਾ ਤੇ ਚੰਨੀ ਸਾਹਿਬ ਦਾ ਭਰਾ ਵੀ ਤਾਂ ਖੜਾ ਹੋਣ ਦੀ ਗੱਲ ਕਰਦਾ ਮੈਂ ਮੈਂ ਕਿਸੇ ਦਿੱਤੇ ਨਹੀਂ ਚੰਨੀ ਸਾਹਿਬ ਦੀ ਆਪਣੀ ਉਹਦੇ ਭਰਾ ਦੀ ਆਪਣੀ ਤ੍ਰਿਪਤ ਰਜਿੰਦਰ ਬਾਜਵੇ ਦੀ ਆਪਣੀ ਸਟੈਂਡਿੰਗ ਉੱਥੇ ਦੇ ਸਮੀਕਰਨ ਉਹਨਾਂ ਦਾ ਸਟਾਈਲ ਲੋਕ ਪਸੰਦ ਕਰਦੇ ਨਹੀਂ ਕਰਦੇ ਉਹ ਕਰਦੇ ਆ ਉਹਨਾਂ ਨੇ ਖਾਲੀ ਕੇਸ ਲਈ ਕਿਹਾ ਕਿ ਵੀ ਮੈਨੂੰ ਟਿਕਟ ਚਾਹੀਦੀ ਆ ਨਹੀਂ ਮੈਂ ਆਜ਼ਾਦ ਲੜੂਗਾ ਯਾ ਲੜਾਇਆ ਨਹੀਂ ਲੜਾਇਆ ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਨੀ ਅਕਾਲੀ ਦਲ ਕਿੱਥੇ ਜਿ ਖੜਾ ਅਕਾਲੀ ਦਲ ਕਿਤੇ ਵੀ ਨਹੀਂ ਖੜਾ ਹਮ ਅਕਾਲੀ ਦਲ ਕਿਤੇ ਵੀ ਨਹੀਂ ਖੜਾ ਫਗਵਾੜੇ ਚ ਅਕਾਲੀ ਦਲ ਹੈ ਨੋ ਸੁਲਤਾਨਪੁਰ ਚ ਅਕਾਲੀ ਦਲ ਹੈ ਨੋ ਕਪੂਰਥਲੇ ਚ ਅਕਾਲੀ ਦਲ ਹੈ ਨੋ ਸੋ ਤੁਸੀਂ ਅਗਰ ਸਾਰਾ ਸਟੱਡੀ ਕਰੋਗੇ ਸਰ ਦੇਖੋ ਅਕਾਲੀ ਦਲ ਉੱਥੇ ਹੀ ਖੜਾ ਜਿੱਥੇ 17 ਸੀ ਆਮ ਆਮੀ ਪਾਰਟੀ ਦੀ ਜੋ ਹਵਾ ਪਿਛਲੀ ਵਾਰ ਸੀ ਉਹ ਐਸ ਵਾਰ ਨਹੀਂ ਆ। ਔਰ ਜਿੱਥੋਂ ਸਪੋਰਟ ਆਵਾਦੀ ਨੂੰ ਮਿਲਣੀ ਸੀ ਉੱਥੇ ਕਿਸਾਨ ਖੜੇ ਹੋ ਗਏ। ਕਿਸਾਨਾਂ ਦੀ ਵੋਟ ਜ਼ਿਆਦਾਤਰ 60-70% ਵੋਟ ਉਹ ਆ ਜਿਹੜੀ ਪਿਛਲੀ ਵਾਰ ਆਪ ਨੂੰ ਪਈ ਸੀ। ਸੋ ਆਪ ਆਪ ਦਾ ਤਾਂ ਸਫਾਇਆ ਹੋ ਜਾਣਾ। ਤੁਸੀਂ ਵੇਖੋ। ਪਰ ਉਹ ਕਹਿੰਦੇ ਭਗਵੰਤ ਮਾਨ ਦੇ ਕਰਕੇ ਭੁਲਾਰਾ ਬੜਾ ਮਿਲਿਆ। ਚਲੋ ਭਗਵੰਤ ਮਾਨ ਨੂੰ ਮੈਂ ਪਸੰਦ ਕਰਦਾ। ਮੈਨੂੰ ਚੰਗਾ ਲੱਗਦਾ। ਜਦੋਂ ਉਹ ਚੁਟਕਲੇ ਸੁਣਾਉਂਦੇ ਮੈਨੂੰ ਬਹੁਤ ਆਨੰਦ ਆਉਂਦਾ ਲੇਕਿਨ ਗੱਲ ਵੋਟਾਂ ਦੀ ਕਰ ਰਹੇ ਆਪਾਂ ਹੁਣ ਸਮੀਕਰਨ ਬਦਲ ਗਏ ਜੋ ਪਿਛਲੀ ਵਾਰ ਵਾਲੇ ਉਹ ਐਸ ਵਾਰ ਨਹੀਂ ਹੈ 5 ਕਾਰਨਰਡ ਕੰਟੈਸਟ ਆ ਅਕਾਲੀ ਦਲ ਉੱਥੇ ਹੀ ਖੜਾ ਵੋਟ ਬੈਂਕ ਉਹਨਾਂ ਦਾ ਉਹਨੂੰ ਘਟਿਆ ਹੋਵੇਗਾ ਜਿੱਥੇ 17 ਸੀ ਔਰ ਕਾਂਗਰਸ ਵੀ ਕਰੀਬ-ਕਰੀਬ ਉੱਥੇ ਖੜੀ ਹੈ ਜਿੱਥੇ 17 ਸੀ 5 ਕਾਰਨਰਡ 4 ਕਾਰਨਰਡ 6 ਕਾਰਨਰਡ ਕੰਟੈਸਟ ਆ ਕਿਤੇ ਸੀਟਾਂ ਤੇ ਉਹ ਕਾਂਗਰਸ ਨੂੰ ਵੀ ਨੁਕਸਾਨ ਹੋਣਾ ਮੈਂ ਨਹੀਂ ਕਹਿੰਦਾ ਉੱਥੇ ਕੀ ਕਿੰਨਾ ਬਦਲਾਅ ਲਿਆ ਕੇ ਉੱਥੇ ਫੇਰ ਆ ਜਾਂਦੀ ਹੈ ਕਾਂਗਰਸ ਕਾਂਗਰਸ ਬਹੁਤ ਸਿਆਣੀ ਕੌਮ ਹੈ ਔਰ ਇਹ ਇਹ ਕੋਈ ਬੱਚਿਆਂ ਦੀ ਪਾਰਟੀ ਨਹੀਂ ਆ ਤੁਹਾਨੂੰ ਭਾਜੀ ਪੀ ਨਾਲ ਟੈਲੀ ਟੋਲੀ ਮਾਰੀ ਕਰੀ ਵੀ ਭਾਈ ਇੱਧਰ ਆ ਜਾਓ ਦੇਖੋ ਭਾਜੀ ਹਾਲੇ ਤਿੰਨ ਤੇ ਮਾਰੀ ਨਹੀਂ ਹਮ ਟੈਣਾ ਜੀ ਜਿੱਦ ਦਿਨ ਮਾਰਨਗੇ ਮੈਂ ਤੁਹਾਨੂੰ ਦੱਸੂਗਾ ਹਮ ਠੀਕ ਯਾਰੋ ਉਹਨਾਂ ਦੀ ਆਪਣੀ ਆਈਡੀਓਲੋਜੀ ਹੈ ਉਹਨਾਂ ਨੇ ਆਪਣੇ ਬੰਦੇ ਤਿਆਰ ਕਰਨੇ ਆ ਉਹ ਠੀਕ ਹੈ ਉਹਨਾਂ ਨੇ ਦਿੱਤੇ ਆ ਬੰਦੇ ਉਹ ਜਿਤਨੇ ਨਹੀਂ ਲੇਕਿਨ ਚਲੋ ਪੋਲਿਟਿਕਲ ਪਾਰਟੀ ਆ ਨੈਸ਼ਨਲ ਪਾਰਟੀ ਆ ਉਹਨਾਂ ਨੇ ਇਲੈਕਸ਼ਨ ਲੜਾਉਣੀ ਆ ਅੱਜ ਨਹੀਂ ਕੱਲ 22 ਨਹੀਂ 27 ਸਤਾਈ ਨਹੀਂ ਬਤੀ ਕਿਤੇ ਨਾ ਕਿਤੇ ਤਾਂ ਯਾਰ ਪਾਰਟੀ ਫਿਰ ਉੱਪਰ ਕਿਉਂਦੀ ਆ ਨਾ ਇਹ ਗੱਲ ਸੱਚੀ ਆ ਵੀ ਕਿਸੇ ਵੀ ਕਾਰੋਬਾਰੀ ਨੂੰ ਟਿਕੇ ਰਹਿਣ ਦੇ ਲਈ ਜੰਮੇ ਰਹਿਣ ਦੇ ਲਈ ਕੇਂਦਰੀ ਹਕੂਮਤ ਦੇ ਨਾਲ ਥੋੜੀ ਜਿਹੀ ਤਾਲਮੇਲ ਰੱਖਣਾ ਚਾਹੀਦਾ ਜਾਂ ਗੁੱਡ ਬੁੱਕ ਦੇ ਵਿੱਚ ਹੋਣਾ ਚਾਹੀਦਾ ਇਹ ਮੈਂ ਆਪਣੀ ਜਾਣਕਾਰੀ ਜਵਦ ਅਲੀ ਪੁਛ ਰਿਆ ਜੀ ਰਾਣਾ ਗੁਰਜੀਤ ਸਿੰਘ ਅਕਾਲੀ ਦਲਾਂ ਖਹਿ ਕੇ ਆਪਣੇ ਨੁਕਸਾਨ ਕਰਾ ਕੇ ਮੇਰੀ ਡਿਸਟਲਰੀ ਸਰਦਾਰ ਸੁਖਬੀਰ ਸਿੰਘ ਪਾਦਲੇ ਬੰਦ ਕਰਾਈ ਹੂੰ ਕੋਰਟ ਨੇ ਮੈਨੂੰ ਰਿਲੀਫ ਦਵਾਈ ਮੇਰੀ 슈ਗਰ ਮਿਲ ਉਹਦਾ ਰਸਤੇ ਦਾ ਰੌਲਾ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੇ ਪਵਾਇਆ ਮੈਨੂੰ ਚਾਰ ਦੁਵਾਰੀ ਤੋੜ ਕੇ ਹੋਰ ਬੰਨੇ ਦੇਣੀ ਗੱਣਾ ਅੰਦਰ ਨਗਾਉਣਾ ਪਿਆ ਇਹ ਹੁੰਦਾ ਲੇਕਿਨ ਇਹ ਗੱਲਾਂ ਤੋਂ ਡਰਨਾ ਨਹੀਂ ਚਾਹੀਦਾ ਮੇਰਾ ਕੀ ਕਰ ਲਿਆ ਇਹਨਾਂ ਨੇ ਤੇ ਕੀ ਕਰ ਲੈਣਗੇ ਜਾਂ ਕਾਂਗਰਸ ਕਿਸੇ ਦਾ ਕੀ ਕਰ ਸਕਦੀ ਯਾਰ ਜਿਹਨੇ ਕਾਰੋਬਾਰ ਚਲਾਉਣਾ ਕਾਰੋਬਾਰ ਵਾਲੇ ਨੂੰ ਤਾਂ ਸਪੋਰਟ ਕਰਨੀ ਚਾਹੀਦੀ ਆ ਇਕਨੋਮੀ ਸਾਡੀ ਸਾਡੀ ਪ੍ਰੋਬਲਮ ਕੀ ਆ ਪ੍ਰੋਬਲਮ ਇਹ ਆ ਕਿ ਅਸੀਂ ਇੰਡਸਟਰੀਲਿਸਟ ਨੂੰ ਪੂਰਾ ਬਣਦਾ ਮਾਣ ਸਤਕਾਰ ਨਹੀਂ ਦਿੰਦੇ ਦੇਣਾ ਚਾਹੀਦਾ ਡਰਾ ਕੇ ਕੋਈ ਕੋਈ ਮੰਜੂਗਾ ਰਾਣਾ ਤਾਂ ਨਹੀਂ ਮੰਨਦਾ ਹੂੰ ਡਰਨਾ ਨਹੀਂ ਮੈਂ ਮੰਨਦਾ ਮੈਂ ਨਾ ਇਸ ਗੱਲੋਂ ਕਮਾਲ ਮੰਨਦਾ ਬਾਹਰ ਭਾਵੇਂ ਇਹ ਗੱਲ ਕਹਿੰਦੇ ਹੁਣ ਕਿ ਰਾਣਾ ਸਾਹਿਬ ਨੂੰ ਘੇਰਾ ਪੈ ਰਿਹਾ ਚਾਰੇ ਪਾਸਿਓ ਰਾਣਾ ਸਾਹਿਬ ਬੇਫਿਕਰ ਰਹਿੰਦੇ ਆ ਯਾਰੋ ਇਹ ਲੋਕ ਜਿਹੜੇ ਨਾ ਜ਼ਿਆਦਾਤਰ ਸਿਆਸੀ ਬੰਦੇ ਹੂੰ ਇਹਨਾਂ ਨੇ ਜ਼ਿੰਦਗੀ 'ਚ ਕੰਮ ਨਹੀਂ ਕੀਤਾ ਇਹਨਾਂ ਦੀ ਕਮਾਈ ਰਾਜਨੀਤੀ ਹੋ ਸਕਦੀ ਹੈ ਕਹਿਣ ਨੂੰ ਜੱਟ ਲੀਡਰ ਨੇ ਜ਼ਮੀਨਾ ਪੁੱਛੋ ਠੇਕੇ ਤੇ ਹੂੰ ਰਣਾ ਜੂਪੀ ਦਾ ਜੰਪਰ ਉਥੇ ਜ਼ਮੀਨਾ ਇਹ ਤੋਂ ਟੈਲੀਫੋਨ ਤੇ ਪੁੱਛਦਾ ਕਿ ਫਰਾਂ ਨੇ ਖੇਚ ਕੀ ਹੋਇਆ ਮੈਂ ਆਪਣੇ ਮਜਾ ਰੱਖਿਆ ਮੈਂ ਉਹਨੂੰ ਇਹ ਲਾ ਇਹ ਦੱਸਦਾ ਕਿ ਇਹਦੀ ਬਰੀਡ ਸਹੀ ਸਧਾਰਨੀ ਟੀਕਾ ਯਾਰ ਆਹ ਹਾਲਾਸੀ ਮਨ ਆਪਾ ਰੋਣਾ ਮੈਂ ਆ ਪ੍ਰੈਕਟੀਕਲ ਬੰਦਾ ਜਦੋਂ ਖੇਤੀ ਕੀਤੀ ਟਕਾ ਕੇ ਕੀਤੀ ਅੱਜ ਵੀ ਖੇਤੀ ਅਸੀਂ ਆਪ ਕਰੀਦੀ ਆ ਠੇਕੇ ਤੇ ਨਹੀਂ ਦਿੱਤੀ ਲੋਕਾਂ ਦੀ ਲੈ ਲਈਦੀ ਹੈ ਜੇ ਕੋ ਦੇਵੇ ਠੇਕੇ ਤੇ ਤੇ ਮੇਲਾ ਦੇ ਵਿੱਚ ਜਿੰਨਾ ਜੋਰ ਇੰਦਰਪ੍ਰਤਾਪ ਤੇ ਦੇ ਸਾਰੇ ਭਰਾ ਤਬਦੀਲੀ ਲਈ ਲਿਆ ਰਹੇ ਆ ਖੇਤੀ ਦੀ ਤਬਦੀਲੀ ਇਹ ਜਦਰਾ ਪੁੱਛੋ ਲੋਕਾਂ ਨੂੰ ਕੋਆਪਰੇਟਿਵ ਮਿਲਾਂ ਲਈ ਵੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਕੀ ਕਰਨਾ ਸਾਢੇ 5 ਫੁੱਟ ਤੇ ਵਜਾਉਣਾ ਔਰ ਉਹਨੂੰ ਉਹ ਫੈਸਿਲਿਟੀ ਦੇਣੀ ਚਾਹੇ ਉਹ ਸੀਡ ਹੋਵੇ ਚਾਹੇ ਫਰਟੀਲਾਈਜ਼ਰ ਹੋਵੇ ਅਵਾ ਗੋਣ ਫਟਰਾਇਜ਼ਰ ਨਹੀਂ ਪਾਣ ਦੇਣਾ ਉਹਨੂੰ ਨਵੀਆਂ ਟੈਕਨੀਕ ਨਾਲ ਗੰਨਾ ਬੀਜਣਾ ਟੋਟਲ ਮਕੈਨੀਕਲ ਆਪਰੇਸ਼ਨ ਉਹ ਵੀ 100 ਟਰੈਕਟਰ ਇਸ ਰਾਣਾ ਮੋਟਰ 슈ਗਰ ਮਿਲ ਲੈਣਾ ਜਿਹੜੀ ਇਹ ਚ 100 ਟਰੈਕਟਰ ਛੋਟੇ ਵਾਲਾ 25 30 ਹਸਪਾਰ ਵਾਲਾ ਉਹਦੇ ਰਾਹੀਂ ਸਾਰੇ ਆਪਰੇਸ਼ਨ ਕਰਕੇ ਅੱਜ ਲੋਕਾਂ ਨੂੰ ਦੱਸ ਦਿੱਤਾ ਲੋਕ ਖੁਸ਼ ਨੇ ਉਹਨਾਂ ਦੀ ਯੀਲਡ ਵਧੀ ਅਸੀਂ ਤਾਂ ਖੇਤੀ ਨਾਲ ਜੁੜ ਕੇ ਰਹੀਦਾ ਖੇਤੀ ਵਾਲਾ ਕਾਰੋਬਾਰੀ ਹੋ ਗਿਆ ਮਿਲਾਂ ਦਾ ਚਕੁੰਦਰ ਡਾਇਵਰਸੀਫਿਕੇਸ਼ਨ ਦੀ ਗੱਲ ਮੈਂ ਸਮਝਦਾ ਮਹਾਰਾਜ ਸਾਹਿਬ ਕਹਿੰਦੇ ਮੈਂ 84 ਚ ਕਰ ਦਾਂਦਾ ਸੀ ਮੈਂ ਐਗਰੀਕਲਚਰ ਮਿਨਿਸਟਰ ਸੀ ਹੂੰ ਉਹ ਵੀ ਇਹਨਾਂ ਨੂੰ ਪੁੱਛੇ ਕਿ ਤੁਸੀਂ ਕਿੰਨੇ ਕਿੱਲੇ ਡਾਇਵਰਸੀਫਾਈ ਕਰਾਏ ਹੂੰ ਰਾਣਾ ਗੁਰਜੀਤ ਸਿੰਘ ਤਾਂ ਕੁਝ ਵੀ ਨਹੀਂ ਸੀ ਕਿਸੇ ਨੇ ਕੁਝ ਸਮਝਿਆ ਹੀ ਨਹੀਂ 15000 ਏਕੜ ਕਣਕ ਤੋਂ ਬਦਲਾਅ ਕਰਾ ਕੇ ਤੇ 슈ਗਰ ਬੀਟ ਬਜਵਾਈ ਅਜੇ ਜਾ ਕੇ ਪਤਾ ਕਰੋ 15000 ਏਕੜ ਹੂੰ ਉਤੋਂ ਚੀਨੀ ਬਣਾਈਦੀ ਆ ਸ਼ਰਦ ਪੂਰਣੀ ਐਜ਼ ਐਗਰੀਕਲਚਰ ਮਿਨਿਸਟਰ ਸ਼ੂਗਰ ਬੀਟ ਨੂੰ ਕਾਮਯਾਬ ਨਹੀਂ ਕਰ ਪਾਇਆ ਉਹ ਪਿਛਲੇ 2014 ਦੇ ਵਿੱਚ 19 ਦੇ ਵਿੱਚ ਜ ਆ ਹਾਂ 19 ਦੇ ਵਿੱਚ ਜਦੋਂ ਲੋਕ ਸਭਾ ਲੋਕ ਸਭਾ ਦੀ ਇਲੈਕਸ਼ਨ ਹੋਈ 16 ਮਈ ਨੂੰ ਉਹ 15 ਬੰਦਿਆਂ ਦਾ ਡੈਲੀਗੇਸ਼ਨ ਨੌਜਵਾਨ ਮੁੰਡੇ ਕੋਆਪਰੇਟਿਵ ਮਿਲਾਂ ਦੇ ਜਿਹੜੇ ਚਲਾਉਂਦੇ ਆ ਉਥੇ ਕੋਆਪਰੇਟਿਵ ਸਾਡੇ ਵਰਗੀ ਨਹੀਂ ਸਾਡੇ ਵਾਲੀ ਸਾਡੀ ਹੁਣੀ ਸਹਿਕਾਰੀ ਚਾਹੀਦੀ ਆ ਹੈ ਸਰਕਾਰੀ ਹੂੰ ਕਿਉਂਕਿ ਉਹਦੇ ਲਾਸ ਜਿਹੜੇ 2.50 ਕਰੋੜ ਦੇ ਕੋਆਪਰੇਟਿਵ ਮਿੱਲਾਂ ਦੇ ਆ ਉਹ ਪੰਜਾਬ ਸਰਕਾਰ ਦਿੰਦੀ ਹੈ ਜ਼ਿਮੀਂਦਾਰਾਂ ਦੇ ਹੂੰ ਸੋ ਉੱਥੇ ਲਾਸ ਵੀ ਉਹਨਾਂ ਦਾ ਤੇ ਪ੍ਰੋਫਿਟ ਵੀ ਉਹਨਾਂ ਦਾ ਹੂੰ ਉਹ ਮੁੰਡੇ ਲੈ ਕੇ ਆਏ ਕਿ ਦੇਖੋ ਹਰਾਨੇ ਨੇ 슈ਗਰ ਬੀਟ ਕਿਵੇਂ ਕੀਤੀ ਸਾਰੇ ਆਪਰੇਸ਼ਨ ਰਾਈਟ ਫਰੋਮ ਸੀਡ ਫਰੋਮ ਬੈਲਜੀਅਮ ਜਰਮਨੀ ਫੇਰ ਉਹਦੀਆਂ ਜਿਹੜੀ ਹੈ ਹਰਬੀਸਾਈਡ ਪਹਿਲਾਂ ਵਿਦੇਸ਼ ਚ ਹੁੰਦਾ ਸੀ ਹੁਣ ਇੱਥੇ ਪੈਦਾ ਕਰਵਾਇਆ ਫਿਰ ਉਹਦੀ ਸਾਡੀ ਟੈਕਨੀਕ ਇਹ ਸਾਡੀ ਆਪਣੀ ਕਾੜ ਆ ਵਿਦੇਸ਼ ਦੇ ਵਿੱਚ ਤਾਂ ਸਪ੍ਰਿੰਕਲਰ ਨਾਲ ਡ੍ਰਿਪ ਨਾਲ ਉਹਨੂੰ ਇਰੀਗੇਟ ਕਰਦੇ ਅਸੀਂ ਫਰੋ ਉੱਚਾ ਕਰਕੇ ਜਦੋਂ ਆਲੂ ਨੂੰ ਪਾਣੀ ਲਾਈਦਾ ਉਹਦਾ ਕੰਮ ਆਬ ਕੀਤੀ ਤੇ ਉਹਦੀ ਜਿਹੜੀ ਹਾਰਵੈਸਟਿੰਗ ਆ ਉਹ ਵੀ ਟਰਕੀ ਤੋਂ 72 ਮਸ਼ੀਨਾਂ ਲੈਣੀਆਂ ਤੇ ਕਰੀਬ-ਕਰੀਬ ਵੀ 72 ਮਸ਼ੀਨਾਂ ਮੇਰੇ ਖਿਆਲ ਨਾਲ 20 ਕਰੋੜ ਰੁਪਏ ਦੀਆਂ ਹਾਂ ਉਹਨਾਂ ਦਾ ਅਸੀਂ ਪਟਾਈ ਕਰੀ ਤਾਂ ਫਿਰ ਲੇਬਰ ਨਾਲ ਨਹੀਂ ਕੁਝ ਕਰਨਾ ਤੇ ਉਹਨੂੰ ਵੇਖ ਕੇ ਬੜੇ ਪ੍ਰਸੰਨ ਹੋਏ ਹੂੰ ਕਹਿੰਦੇ ਯਾਰਾ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਪਦਮਸ਼੍ਰੀ ਮਿਲਣਾ ਚਾਹੀਦਾ ਇਸ ਕੰਮ 'ਚ ਹੂੰ ਮੈਂ ਕਿਹਾ ਕਿਦੀ ਮਿਹਨਤ ਕਰਾਂ ਉਹ ਤੇ ਕਿਹਨੂੰ ਪਤਾ ਕਿ ਪਦਮਸ਼੍ਰੀ ਦੇਣਾ ਗੌਣ ਵਾਲੇ ਤਾਂ ਕਹਿੰਦੇ ਯਾਰ ਇਹਨੂੰ ਦੇ ਦਿਓ ਪਦਮਸ਼੍ਰੀ ਹੈਂ ਜੀ ਪਦਮਸ਼੍ਰੀ ਜਿਹਨੇ ਖੇਤੀਚਾ ਡਾ ਵੱਡਾ ਤਬਦੀਲੀ ਲਿਆਂਦੀ ਇਹ ਤਾਂ ਸਰਕਾਰਾਂ ਨੇ ਸੋਚਣੀ ਆ ਕਿਸੇ ਨੇ ਨਹੀਂ ਸੋਚਿਆ ਮੈਂ ਕਿਹਾ ਚਲੋ ਅਸੀਂ ਉਧਰ ਹੀ ਪਦਮਨੀ ਸ਼੍ਰੀ ਤਾਂ ਹੈਗੇ ਹੂੰ ਚਲੋ ਬਹੁਤ ਮਿਹਰਬਾਨੀ ਰਾਣਾ ਸਾਹਿਬ ਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਕੁਝ ਹੋਵੇ ਸਮਰਜੇ ਪੰਜਾਬ ਦਾ ਅਸੀਂ ਸਮੇਂ-ਸਮੇਂ ਤੇ ਇਹੀ ਆਵਾਜ਼ ਚੁਕਦੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਮੂਰੇ ਵੀ ਬੇਨਤੀ ਕਰਦੇ ਆਂ ਬਾਕੀ ਜਿਹੜੇ ਵੀ ਉਮੀਦਵਾਰ ਸਾਥੀ ਜਿੱਤਣਗੇ ਜਾਂ ਜਿਹੜੇ ਹਾਰਨਗੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਬਾਰੇ ਹੀ ਸੋਚਿਆ ਜਾਵੇ ਭਾਜੀ ਮੈਂ ਫੇਰ ਇੱਕ ਗੱਲ ਕਰਨੀ ਚਾਹੁੰਦਾ ਆ ਅਖੀਰ ਚ ਖੇਤੀਬਾੜੀ ਦੀ ਡਾਇਵਰਸੀਫਿਕੇਸ਼ਨ ਕਿਸਾਨ ਦੀ ਆਮਦਨ ਪਾਣੀ ਥੱਲੇ ਨਾ ਜਾਵੇ ਹੂੰ ਫਰਟੀਲਾਈਜ਼ਰ ਫालतू ਇਸਤੇਮਾਲ ਨਾ ਕਰੀਏ ਇਹ ਤਾਂ ਖੇਤੀ ਜੋਰ ਖੇਤੀ ਚ ਕਿਵੇਂ ਅਸੀਂ ਹਾਰਟੀਕਲਚਰ ਚ ਲੈ ਕੇ ਆਉਣੀ ਆ ਇਹਦੇ ਤੇ ਕੰਮ ਮੇਰਾ ਧਰਮ ਮੈਂ ਸਾਡੀ ਪਾਰਟੀ ਪਾਵਰ ਚ ਆਏਗੀ ਤਾਂ ਤਕੜੇ ਹੋ ਕੇ ਕਰਾਂਗੇ ਨਹੀਂ ਆਏਗੀ ਬਤੌਰ ਐਮਐਲਏ ਕਰਾਂਗੇ ਜੇ ਨਹੀਂ ਵੀ ਐਮਐਲਏ ਬਣਾਂਗੇ ਬਤੌਰ ਪੰਜਾਬੀ ਇਸ ਕੰਮ ਲਈ ਪੂਰਾ ਯਤਨ ਔਰ ਤੇ ਜਿਹੜੇ ਸਾਡੇ ਨੌਜਵਾਨ ਬੱਚੇ 8ਵੀਂ 10ਵੀਂ 12ਵੀਂ ਉਹ ਜਿਨ੍ਹਾਂ ਦੀ ਪੜਾਈ ਚ ਦਿਲਚਸਪੀ ਨਹੀਂ ਉਹਨਾਂ ਨੂੰ ਟੈਕਨੀਕਲ ਕੋਰਸ ਕਰਾ ਕੇ ਜਿਹੜੇ ਆਈਟੀਆਈs 'ਚ ਉਹ ਕੋਰਸ ਕਰਾ ਕੇ ਜਿਨ੍ਹਾਂ ਦੀ ਅੱਜ ਡਿਮਾਂਡ ਹੈ ਉਹਨਾਂ ਨੂੰ ਇੰਪਲੋਏਬਲ ਬਣਾ ਕੇ ਤੇ ਭਾਰਤ ਸਰਕਾਰ ਨੂੰ ਇਲੈਕਸ਼ਨ ਤੋਂ ਬਾਅਦ ਮੈਂ ਪ੍ਰਧਾਨ ਮੰਤਰੀ ਸਾਹਿਬ ਕੋਲ ਟਾਈਮ ਲਾਂਗਾ ਦੇਣਗੇ ਨਹੀਂ ਦੇਣਗੇ ਉਹ ਸਮੇਂ ਦੱਸੂਗਾ ਹਮ ਲੇਕਿਨ ਆਪਣੇ ਕਿਸੇ ਨਾ ਕਿਸੇ ਮਾਧਮ ਥਾਣੀ ਪੰਜਾਬ 'ਚ ਕੀ ਹੋਣਾ ਚਾਹੀਦਾ ਮੇਰਾ ਵਿਜ਼ਨ ਕੀ ਆ ਪੰਜਾਬ 'ਚ ਇੰਡਸਟਰੀ ਕਿਦਾਂ ਆ ਸਕਦੀ ਹੈ ਪੰਜਾਬ ਦੇ ਪੰਜਾਬ ਦਾ ਡੀਪਲੀਟਿੰਗ ਵਾਟਰ ਟੇਬਲ ਔਰ ਇਹਨਾਂ ਸਾਰੀਆਂ ਗੱਲਾਂ ਨੂੰ এমਪਲয়ਮੈਂਟ ਜਨਰੇਸ਼ਨਲੀ ਇੰਡਸਟਰੀ ਬੜੀ ਜ਼ਰੂਰੀ ਆ ਉਹਦੀ ਗੱਲ ਕਰਾਂਗਾ ਬਹੁਤ ਮਿਹਰਬਾਨੀ ਸੋ ਦੋਸਤੋ ਇਹ ਸਨ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੇ ਕਿ ਗੱਲਬਾਤ ਕੀਤੀ ਆ ਕਾਂਗਰਸ ਦੇ ਵਿੱਚ ਹੀ ਕੁਝ ਵਿਧਾਇਕਾਂ ਦੇ ਵੱਲੋਂ ਜਿਹੜੀ ਇਹਨਾਂ ਨੇ ਵਿਰੋਧਤਾ ਕੀਤੀ ਗਈ ਉਹਦੇ ਮੁਤਲਕ ਕਾਂਗਰਸ ਦੇ ਵਿਜ਼ਨ ਦੇ ਬਾਰੇ ਤੇ ਇਹਨਾਂ ਨੇ ਕਿਸਾਨੀ ਦੇ ਬਤਲਕ ਤੇ ਜਿਹੜੇ ਵੀ ਤੁਹਾਡੇ رائے ਨੇ ਜੋ ਤੁਹਾਡੇ ਗਾ ਟਿੱਪਣੀਆਂ ਨੇ ਉਹ ਸਾਨੂੰ ਜ਼ਰੂਰ ਦੱਸਿਓ ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਪ੍ਰਾਈਮ ਇਲੈਕਸ਼ਨ ਪ੍ਰੋਗਰਾਮ ਦੇ ਤਹਿਤ ਹੁਣ ਦਿਓ ਆ ਗਿਆ ਬਹੁਤ ਬਹੁਤ ਧੰਨਵਾਦ